ਦੇ ਮੀਟ ਬਾਦਸ਼ਾਹ ਵਾਂਗ ਜੀਣ ਨੂੰ ਫਿਰ ਠੇਕਿਓ ਬੋਤਲ ਮੰਗਵਾਵੇ ਤੇ ਕੜਛੀ ਘੁਮਾਵੇ ਹੋਇਓ ਤੋਂ ਜੱਟ ਪਾਉਂਦਾ ਭੰਗੜੇ ਭੰਗੜੇ ਹੋਇਓ ਤੋਂ ਜੱਟ ਪਾਉਂਦਾ ਭੰਗੜੇ ਖੇਤੀ ਕਣਕ ਜਦੋਂ ਪੱਕ ਜਾਵੇ ਨਾ ਫੁੱਲਿਆ ਸਮਾਵੇ ਤੇ ਉਦੋਂ ਜੱਟ ਪਾਉਂਦਾ ਭੰਗੜੇ ਭੰਗੜੇ ਹੋਇਓ ਤੋਂ ਜੱਟ ਪਾਉਂਦਾ ਭੰਗੜੇ ਚੜ ਜਾਂਦਾ ਸਾਰੇ ਘਰ ਬਾਰ ਨੂੰ ਉਹ ਲੋੜਿਆਂ ਦਾ ਚਾਹ ਚੜੇ ਪੂਰੇ ਪਰਿਵਾਰ ਨੂੰ ਰੰਗ ਨਾਵਾਂ ਚੜ ਜਾਂਦਾ ਸਾਰੇ ਘਰ ਬਾਰ ਨੂੰ ਜਦ ਮਨ ਦਾ ਫਿਕਰ ਉੱਠ ਜਾਵੇ ਤੇ ਸੁਪਨੇ ਸਜਾਵੇ ਹੋਏ ਉਦੋਂ ਜੱਟ ਪਾਉਂਦਾ ਭੰਗੜੇ ਭੰਗੜੇ ਹੋਏ ਉਦੋਂ ਜੱਟ ਪਾਉਂਦਾ ਭੰਗੜੇ ਜਦ ਖੇਤ ਚ ਬੋਲ ਲੱਗ ਜਾਵੇ ਤਰਾਲੀ ਘਰ ਆਵੇ ਤਬੀਬ ਤੂੰ ਦਾਲ ਪਾਣੀ ਦਾ ਆਹਰ ਭਰ ਕਰ ਕਣਕ ਤਾਂ ਬਸ ਢੋਈ ਗਈ ਸਮਝ
ਐਵੇਂ ਪੰਜ ਸੱਤ ਬੱਠਲ ਹੋਰ ਹੋਣਗੇ। ਹੋਰ ਜਾ ਮੇਰੀ ਧੀ, ਉੱਤੋਂ ਦਿਨ ਦਾ ਛਪਾ ਹੋਈ ਜਾਂਦਾ, ਜਾ ਥਾਪਲਾ ਪਾਣੀ ਆ ਦੀਆਂ ਮੋਟੀਆਂ ਮੋਟੀਆਂ ਜਿਹੜੀਆਂ ਥੱਪੀ ਦੀਆਂ। ਨਹੀਂ ਬੇਬੇ, ਅੱਜ ਆਪਾਂ ਕੋਈ ਹਰੀ ਦਾਲ ਭਾਜੀ ਨਾ ਧਰ ਲਈਏ, ਤੂੰ ਬਾਈ ਨੂੰ ਕਹਿ ਕੇ ਮੰਗਾ ਲੈ ਕਿ ਪੂਲੀ ਬਾਣੀ ਦੀ ਹੱਟ ਤੋਂ, ਮੈਂ ਮਿੰਟਾਂ ਸਕਿੰਟਾਂ 'ਚ ਬਣਾ ਦੂੰ। ਨਾਲੇ ਬਾਪੂ ਕਹਿੰਦਾ ਸੀ ਕੋਈ ਚੱਜ ਦੀ ਦਾਲ ਭਾਜੀ ਧਰ ਲਿਓ, ਖਾਣ ਨੂੰ ਬਲਾਂ ਚਿੱਤ ਕਰਦਾ ਹੈ। ਓ ਆਹੋ ਨਸੀਬਪੁਰੇ, ਮੈਨੂੰ ਵੀ ਕਿਹਾ ਸੀ ਭਗਤ ਸੂ ਨੇ ਵੀ ਅੱਜ ਕੋਈ ਮਨਪਸੰਦ ਦੀ ਚੀਜ਼ ਬਣਾਵਾਂਗੇ, ਘਰੇ ਕਹਿੰਦੀ ਜਾਣ ਸਰ, ਪਰ ਮੇਰਾ ਸਹੁਰੀ ਦਾ ਕੁਛ ਚੇਤਾ ਹੀ ਐਸਾ ਚੰਦਰ ਹੈ ਵੀ ਗੱਲ ਰਹਿੰਦੀ ਨਹੀਂ ਬਹੁਤਾ ਚਿਰ ਖਾਨੇ 'ਚ। ਲੈ ਮਨਪਸੰਦ ਦੀ ਦਾਲ ਭਾਜੀ ਕਰ ਲਓ, ਅੱਜ ਦਾ ਦਿਨ ਤਾਂ ਸੁੱਖ ਨਾਲ ਬਰੇ ਦਿਨਾਂ ਦੇ ਦਿਨ ਅਰਗਾ, ਲਹੂ ਪਸੀਨੇ ਦੀ ਕਮਾਈ ਆ ਵੜੇ ਘਰੇ, ਤਿਤ ਤਿਆਰ ਅਰਗੀ ਖੁਸ਼ੀ ਹੁੰਦੀ ਹੈ। ਉਹ ਤਾਸੀ ਤੂੰ ਜਾ, ਤੂੰ ਲਿਆ ਪੁੱਲੀ ਦੀ ਹੱਟੀ ਤੋਂ ਕੋਈ ਚੰਗੀ ਜੀ ਹਰੀ ਭਾਜੀ ਵੇਖ ਕੇ। ਮੈਂ ਨੀ ਜਾਂਦਾ ਭੈੜੀ ਜੀ ਬੂਥੇ ਵਾਲੇ ਕਰਾੜ ਤੋਂ ਕੁਛ ਲੈਣ, ਜਾਂਦਾ ਤਾਂ ਅਗਲਾ ਪੰਜੀ ਦੀ ਚੀਜ਼ ਲੈਣਾ, ਉਹ ਬਿਜਲੀ ਦੇ ਖੰਭੇ ਤੇ ਬਣਾਈ ਮੂਰਤ ਵਰਗੇ ਬੂਥੇ ਨਾਲ ਭਾਸ਼ਣ ਝਾੜਨ ਲੱਗ ਪੈਂਦਾ। ਧੀਆ ਸ਼ਵੰਸ਼ਿਆ, ਤੁਹਾਡੇ ਕੋਲ ਥੋੜੀ ਜਿਹੀ ਰਕਮ ਖੜੀ ਹੈ, ਤੂੰ ਹੀ ਸਮਝਾ ਕੁਝ ਆਪਦੇ ਬਾਪੂ ਜੀ ਨੂੰ, ਭਲਾ ਪੁੱਛਣ ਵਾਲਾ ਹੋਵੇ ਵੀ ਰਕਮ ਖੜੀ ਖੜੀ ਕਿਹੜਾ ਥੱਕਦੀ ਹੈ, ਜੇ ਥੱਕਦੀ ਆ ਤਾਂ ਉਹਨੂੰ ਇੱਛਿਸ਼ ਕਰਕੇ ਬਿਠਾ ਲਿਆ ਕਰ, ਤੇ ਕਿਹੜਾ ਗੋਡੇ ਦੁਖਦੇ ਆ। ਕੋਈ ਨੀ ਪੁੱਤ, ਜਿਹਦੇ ਚਾਰ ਛਿੱਲੜ ਦੇਣੇ ਹੁੰਦੇ ਆ ਫਿਰ ਕਹਿ ਤਾਂ ਦਿੰਦਾ ਹੀ ਅਗਲਾ। ਕਹਿਣ ਦਾ ਵੀ ਕੋਈ ਢੰਗ ਹੁੰਦਾ ਬੇਬੇ? ਮੈਨੂੰ ਕਹਿੰਦੇ ਖੁਸ਼ ਹੋਣਾ, ਜੇ ਮਾਰ ਕੇ ਚੱਕਰ ਚੂੰਡਾ ਨਾ ਬਣਾ ਦਾ ਮੇਰੇ ਸਾਲਕੜੇ ਦਾ। ਓਏ ਚੱਕਰ ਚੂੰਡਾ ਤਾਂ ਸੀ ਉਹਦਾ ਕੁਦਰਤ ਵਾਲਾ ਹੀ ਬਣਾ ਦੂ, ਦਮੇ ਨੇ ਤਾਂ ਜਮਾ ਕੋੜੀ ਕਰ ਛੱਡਿਆ, ਆਪਾਂ ਕਿਉਂ ਮਰਿਆ ਸਭ ਗਲ ਪਾਈਏ ਜਰਾ। ਬੇਬੇ ਅੱਜ ਆਪਾਂ ਮੀਟ ਨਾ ਧਰ ਲਈਏ, ਬੱਕਰਾ ਵੱਢਿਆ ਦਾਰੇ ਚੋਰ ਨੇ, ਮੈਨੂੰ ਕਹਿੰਦਾ ਸੀ ਲੈ ਜਾਓ ਪਾਈਆ ਤੇ ਫਿਰ ਪੈਸੇ ਭਾਵੇਂ ਕਣਕ ਵੇਚ ਕੇ ਦੇ ਦਿਓ। ਨਾ ਭਾਈ ਆਹ ਗੱਲ ਝੂਠ, ਅੱਜ ਆਇਆ ਨਵਾਂ ਅਨਾਜ ਘਰੇ, ਮੈਂ ਤਾਂ ਪਾਪ ਵਾਲੀ ਚੀਜ਼ ਚੁੱਲ੍ਹੇ ਚੜ੍ਹਨ ਨਹੀਂ ਦਿੰਦੀ। ਪਾਪ ਕਾਹਦਾ, ਬੱਕਰਾ ਵੱਢਿਆ ਦਾਰੇ ਚੋਰ ਨੇ, ਪਾਪ ਚੜੂ ਉਹਨੂੰ ਚੜੂ, ਆਪਾਂ ਤਾਂ ਸਮਾਂ ਦੀ ਵੱਡੇ ਵਡਾਈ ਨੂੰ ਲੇਖੇ ਲਾ ਕੇ ਪੁੰਨ ਖੱਟਾਂਗੇ, ਕਿਉਂ ਕਿਹਾ ਦਾਇਆ ਮਾ ਦੱਸਿਆ। ਗੱਲ ਤਾਂ ਸਰਦਾਰਨੀ ਹੈ ਤੇਰੇ ਪੁੱਤ ਦੀ ਜਮਾਂ ਝੂਠ ਨੀ, ਦੇਖ ਜਿਵੇਂ ਤੂੰ ਕਹਿੰਦੀ ਹੁੰਦੀ ਹੈ ਤੇ ਨਸੀਂ ਵੀ ਕਹਿੰਦੇ ਅੱਜ ਧੀ ਅਰਗਾ, ਓਏ ਅੱਜ ਦੇ ਦਿਨ ਤਾਂ ਕਰ ਲੈਣ ਦੇ ਪੌਣੀਆਂ ਪੂਰੀਆਂ, ਨਾਲੇ ਭਗਤ ਸੂ ਦਾਰੂ ਦੀ ਸ਼ੀਸ਼ੀ ਦਾ ਲਿਆਓ ਹੀ ਲਿਆਓ, ਨਾਲ ਜੇ ਝਟਕਾ ਹੋ ਗਿਆ ਪੂਰਾ ਰੰਗਪੁਰ ਖੇੜਾ ਬੱਜ ਜੂ, ਉਹ ਪੀ ਕੇ ਦਾਰੂ ਦੀ ਘੁੱਟ ਪਾ ਕੇ ਮੂੰਹ 'ਚ ਮੀਟ ਦੀ ਬੱਟੀ, ਅੰਗਰਾਂ ਬਾਜਾ ਕਿਹੜਾ ਨੀ ਬਣ ਜਾਂਗੇ। ਫਿਰ ਸਾਡੇ ਵਾਲਾ ਤਾਇਆ ਇਸ ਪਿੰਡ ਦਾ ਬਾਦਸ਼ਾਹ ਮਾਧੋ, ਇਸ ਪਿੰਡ ਦੀਆਂ ਗਲੀਆਂ 'ਚ ਗੇੜਾ ਦੇ ਕੇ ਲਲਕੜਾ ਮਾਰੂ, ਬਾਹਰ ਨਿਕਲੋ ਜਿਹੜਾ ਖੱਬੀ ਖਾਨ ਕਹਾਉਂਦਾ ਆਪਣੇ ਆਪ ਨੂੰ। ਓਏ ਮੰਨ ਲੈ ਨਸੀਬਪੁਰੇ ਮੰਨ ਲੈ, ਉਹ ਬਾਰੀ ਬਰਸੀ ਕੱਟਣ ਗਏ ਸੀ, ਬਾਰੀ ਬਰਸੀ ਕੱਟਣ ਗਏ ਸੀ। ਉਹ ਕੀ ਖੱਟ ਲੈਂਦਾ ਛਿਰਾ? ਉਹ ਖੱਟ ਕੇ ਲਿਆਂਦੇ ਦਾਣੇ। ਅੱਛਾ ਅੱਛਾ ਦਾਣੇ, ਦਾਣੇ ਓਏ ਅੱਜ ਮਾਧੋ ਖਾਲਾ ਰੱਜ ਕੇ ਫਿਰ ਲੈ ਜਾਣਗੇ ਜੁਰਮਾਨੇ ਹੋ, ਅੱਜ ਮਾਧੋ ਖਾਲਾ ਰੱਜ ਕੇ ਫਿਰ ਲੈ ਜਾਣਗੇ ਜੁਰਮਾਨੇ ਹੋ, ਅੱਜ ਮਾਧੋ ਖਾਲਾ ਰੱਜ ਕੇ ਅੱਜ ਵੀ ਬਿਖਾਲਾ ਰੱਜ ਕੇ ਫਿਰ ਲੈ ਜਾਣਗੇ ਜੁਰਮਾਨੇ ਹੋ, ਅੱਜ ਵੀ ਬਿਖਾਲਾ ਰੱਜ ਕੇ ਫਿਰ ਲੈ ਜਾਣਗੇ ਜੁਰਮਾਨੇ। ਉਹ ਜੇ ਬੇਬੇ ਮੰਗ ਪੂਰੀ ਨਾ ਕੀਤੀ ਮੰਦਾ ਹੋ ਜੂ ਹਾਲ, ਤਾਇਆ ਮਾਧੋ ਭੈਣ ਬੀਬ ਕੁਰ ਪੱਪੂ ਤੇ ਹਰਪਾਲ, ਵਿੱਚੇ ਸਾਡਾ ਬਾਪੂ ਰਲ ਜੂ ਕਰ ਦਿਆਂਗੇ ਹੜਤਾਲ, ਅਸੀਂ ਭੁੱਖੇ ਤੂੰ ਪਹਿਲਾਂ ਭੁੱਖੀ ਭੁੱਖਾ ਮਰ ਜੂ। ਮਾਲ ਨੀ ਬੇਬੇ ਮੰਗ ਪੂਰੀ ਕਰ ਦੇ ਸਾਡਾ ਬਰੇ ਤੇ ਸ਼ਮਾਹੀ ਇੱਕੋ ਸਵਾਲ। ਜੇ ਮਰਾਸੀ ਜਾਣਾ ਹੋਵੇ ਤਾਂ ਗੱਲ ਨੂੰ ਹੋਰ ਦੀ ਹੋਰ ਪਾਸੀ ਪਾ ਕੇ ਲੈ ਜੂ, ਜਾਂ ਲਿਆ ਜਿਹੜਾ ਕੁਛ ਲੈ ਕੇ ਆਉਣਾ, ਪਰ ਇੱਕ ਗੱਲ ਸੁਣ ਲੈ, ਮੈਂ ਤੇ ਬੀਬ ਨੇ ਨਾ ਬਣਾਉਣਾ ਤੇ ਨਾ ਹੀ ਭਾਂਡਿਆਂ ਨੂੰ ਹੱਥ ਲਾਉਣਾ। ਹਾਂ ਇਹ ਕੀ ਮਾਤਾ ਪ੍ਰਧਾਨ ਮੰਤਰੀ ਜੀ, ਮੰਨਿਆ ਕਿ ਤੁਸੀਂ ਸਾਡੇ ਮਾਣਯੋਗ ਨਾਨਾ ਗਿਆਨੀ ਗਿਆਨ ਸਿੰਘ ਦੀ ਪੰਜ ਪੋਥੀਆਂ ਦਾ ਪਾਠ ਕਰਨ ਵਾਲੀ ਸਪੁੱਤਰੀ ਬੀਬੀ ਨਸੀਬ ਕੌਰ ਹੋ, ਪਰ ਹੋਏ ਜਨਮਦਾਤੀ ਸਾਡੀ ਪਰਮ ਪਿਆਰੀ ਭੈਣ ਬੀਬਾ ਕਰਮਜੀਤ ਕੌਰ ਤੇ ਐਮਰਜੈਂਸੀ ਕਾਨੂੰਨ ਕੇ ਥੋਪੇ ਜਾ ਰਹੇ ਨੇ। ਉਹਨੇ ਤਾਂ ਪਰਕੱਤੇ ਵੇਲੇ ਆਪਣੇ ਕਿਰਤੀ ਹੱਥਾਂ ਨਾਲ ਕੜਛੀਆਂ ਮਾਰ ਮਾਰ ਮੀਟ ਦਾ ਬੁਰਾ ਹਾਲ ਕਰਕੇ ਤੁਹਾਡੇ ਬਣਾਏ ਕਾਨੂੰਨਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਸੀ। ਨਾਲੇ ਮੈਂ ਤਾਂ ਆਪਣੀ ਮਾਂ ਜਾਈ ਭੈਣ ਵਾਸਤੇ ਸੋਹਣਾ ਜਿਹਾ ਮੁੰਡਾ ਵੀ ਇਹੋ ਜਿਹਾ ਹੀ ਲੱਭਿਆ। ਇਹੋ ਜਿਹਾ ਕਿਹੋ ਜਿਹਾ ਮਰਾਸੀਆ? ਇੱਕ ਝਟਕਾਈ ਦੁਰਫਿਟੇ ਮੂੰਹ ਤੇਰੇ ਬਾਂਦਰ ਦੇ ਵੀਰ ਮੇਰੇ ਵਾਰੀ ਟੋਲਿਆ, ਜਿਹੜਾ ਜੋੜਾਂ ਚ ਬੋਕ ਫਿਰੇ ਪਾਲਦਾ, ਵੀਰ ਮੇਰੇ ਵਾਰੀ ਟੋਲਿਆ ਟੋਲੇ ਬੇਬੇ ਫੇਰ ਰੱਖ ਗਈ ਮੈਂ ਬਾਲਟੀ ਮਾਰੂ ਸਿਰ ਚ ਕਕਾ
के फिर मेरी वड्डी सिस्टर उल्टा बनाएगी ना झटका आसवंत कलराई ची रात पा लेनी है जा लिया जेड़ा कुछ लेके आना है जे जांदे नु मुक गया झाकेगा जिवें धुंद च गधा झाकदा हुंदा है। ओ गुडमैन दी लांटन मदर प्राइम मिनिस्टर हुणे बंदा बंबू काट गंडे चीर मसाला रगड़ ए बीबा भैन करमजीत कौर चिटकैण जा पुत जा रगड़ ला मसाला जा बना दे जेहे जा तेथों बनदा है वो जाने इन्हां नूं भी मना लैंदे खुशी आपां तां गंडे मुंडे ने नंगा लांगे दो बोतियां पटन कर दू पढ़न पुढ़न च भी झंडी है अजे ती तक कोई आया नहीं बरोबर साडिया इसे लाम डोरिया माधो देख ला तेरे सामने किवें तंगी तुरछिया ने पढ़ाई जाने ਅੱਗੋਂ ਜੋਸ ਦਾਤੇ ਨੂੰ ਭਾਵੇ ਉਹ ਨਹੀਂ ਮੁੰਡੇ ਦਾ ਮਸਤਕ ਹੀ ਦੱਸਦਾ ਵੀ ਭਾਗਾਲਾ ਨਿਕਲੂ ਪੜ੍ਹ ਕੇ ਜ਼ਰੂਰ ਕੋਈ ਵੱਡਾ ਅਫਸਰ ਬਣੂ ਬਸ ਤੁਸੀਂ ਪੜਾਉਣੋ ਨਾ ਓਕੇ ਹੋ ਫਿਰ ਦੇਖਿਓ ਜੇ ਸਾਰੇ ਧੋਣੇ ਨਾ ਧੋਤੇ ਜਾਣ ਤਾਂ ਜਾਂ ਫਿਰ ਇਹ ਵੱਡਾ ਅਫਸਰ ਬਣੂ ਮੇਰਾ ਬੱਗਾ ਸ਼ੇਰ ਬੱਲੇ ਵੀ ਬੱਲੇ ਮੇਰੇ ਪੱਪੂ ਤੇ ਪਾਲੋ ਦੇ ਦੇਖਿਆ ਮਾਧੋ ਕਿੰਨੀ ਕਣਕ ਢੋਤੀ ਮੇਰੇ ਕੁਕਣਿਆਂ ਮੁਕਣਿਆਂ ਨੇ ਮੈਂ ਕਿਹਾ ਕੀ ਅੰਤ ਹੈ ਇਹ ਤਾਂ ਬੱਬਰ ਸ਼ੇਰ ਨੇ ਬੱਬਰ ਸ਼ੇਰ ਬਸ ਕਰੋ ਵੀ ਚੁੱਪ ਰੋ ਥੱਕ ਗਏ ਹੋਵੋਗੇ ਅੰਦਰ ਜਾ ਕੇ ਨਾ ਭੈਣ ਨਾਲ ਕੰਮ ਕਰਾਓ ਜਾਓ ਆ ਜਲ ਤਾਂ ਭਾਈ ਨਸੀਬ ਕੁਰੇ ਪੀ ਕੇ ਮੈਂ ਵੀ ਮਾਰਿਆ ਮਾ ਘਰ ਕੰਨੀ ਗੇੜਾ ਆ ਗੱਸੂ ਤਾਂ ਫਿਰ ਬੌੜ ਹੀ ਨਾ ਜੇ ਉੱਥੇ ਕਿਤੇ ਠੇਕੇ ਦੀ ਬਹਿ ਗਿਆ ਹੋਣਾ ਕਿਸੇ ਆਪਦੇ ਵਰਗੇ ਨਾ ਕਮਲੀਆਂ ਮਾਰਨ ਜਦੋਂ ਘਰੇ ਨਵਾਂ ਨਾ ਜਾਊ ਨਾ ਮਾਧੋ ਇਹਨੂੰ ਸਾਡੇ ਵੱਡੇ ਬੁੜੇ ਵਾਂਗੂ ਉਹੀ ਬਿਨ ਪੀਤਿਆਂ ਨਸ਼ਾ ਜਿਹਾ ਚੜਿਆ ਰਹੂ ਲੈ ਹੁਣ ਇਹ ਦਾਰੂ ਆਪ ਤਾਂ ਨੀ ਪੀਂਦਾ ਪਰ ਤੁਹਾਨੂੰ ਜ਼ਰੂਰ ਲੈ ਕੇ ਦੇਊ ਕਹੂ ਲੈ ਪੀਓ ਪੀਓ ਅੱਜ ਦਾ ਦਿਨ ਤਾਂ ਮੇਲੇ ਅਰਗਾ ਹੋ ਭਗਤ ਤੂੰ ਤਾਂ ਕੋਈ ਸਾਧੂ ਮਹਾਤਮਾ ਹੈ ਪਿਛਲੇ ਜਨਮ ਦਾ ਨਸੀਬ ਕੁਰੇ ਉਹ ਤਾਂ ਤੇਰੀ ਗੱਲ ਠੀਕ ਹੈ ਮਾਧੋ ਪਰ ਸਮੋ ਨਹੀਂ ਰਹਿ ਗਈ ਕੋਈ ਸਾਧੂ ਮਹਾਤਮਾ ਵਾਲੀ ਗੱਲ ਤੇਰੀ ਟਰ ਗਈ ਨਸੀਬ ਕੁਰੇ ਰਿਹਾ ਨਹੀਂ ਬਖਤ ਪਰਮਾਨ ਸੀ ਦਾ ਅਕੇ ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ ਚੰਗਾ ਫਿਰ ਮੈਂ ਮਾਰਿਆ ਮੈਂ ਘਰ ਕੰਨੀ ਗੇੜਾ ਬਸ ਗਿਆ ਤੇ ਆਇਆ ਬਿੰਦ ਲਾਊ ਮੈਂ ਤਾਂ ਕਬੀਲਦਾਰੀ ਪੈ ਗਈ ਤੇਰੇ ਸਿਰ ਉੱਤੋਂ ਦੀ ਉਦੋਂ ਤੈਨੂੰ ਪਤਾ ਲੱਗੂ ਵੀ ਕਣਕ ਦੇ ਇਹਨਾਂ ਚਾਰ ਦਾਣਿਆਂ ਦਾ ਕੀ ਮੁੱਲ ਹੁੰਦਾ ਬੇਬੇ ਇੱਕ ਗੱਲ ਆਖਾਂ ਜੇ ਮੰਨੇਗੀ ਤਾਂ ਮਾਂ ਬਣ ਕੇ ਲੈ ਮੰਨੂਗੀ ਮੰਨੂਗੀ ਕਿਉਂ ਨਾ ਆਪਦੇ ਧੀ ਪੁੱਤ ਦੀ ਨਾ ਮੰਨੂ ਤਾਂ ਹੋਰ ਕਿਹਦੀ ਮੰਨੂ ਸਾਂ ਖਾ ਪਹਿਲਾਂ ਨਾ ਭਾਈ ਸਹੁੰ ਤਾਂ ਮੈਂ ਖਾਂਦੀ ਨਹੀਂ ਦੋ ਵੇਲਾ ਤੋਂ ਇੱਕ ਵੇਲਾ ਹੁੰਦਾ ਹੈ ਨਾ ਜਾਣੀ ਕੋਈ ਐਸਾ ਲਫ਼ਜ ਮੂੰਹੋਂ ਨਿਕਲ ਜੇ ਜਿਹੜਾ ਮੁੜ ਕੇ ਪੂਰਾ ਨਾ ਹੋਵੇ ਪਰ ਉਹੀ ਕਹਿ ਦੇਣਾ ਵੀ ਮੈਂ ਨਹੀਂ ਮੰਨਦੀ ਤੇਰੀ ਗੱਲ ਸਹੁੰ ਨਾਲ ਕਿਤੇ ਬਾਹਲਾ ਕੁਛ ਹੁੰਦਾ ਜਦੋਂ ਤੈਨੂੰ ਇੱਕ ਵਾਰੀ ਮੈਂ ਜ਼ਬਾਨ ਨਾਲ ਹੀ ਕਹਿਤਾ ਉਹਦਾ ਤਬਾਰ ਨਹੀਂ ਤੈਨੂੰ ਚੰਗਾ ਜਦੋਂ ਐਤਕੀ ਬਾਪੂ ਕਣਕ ਮੰਡੀ ਲੈ ਕੇ ਗਿਆ ਨਾ ਉਹਨੂੰ ਕਹੀ ਮੇਰੇ ਵਾਸਤੇ ਵਧੀਆ ਆ ਜਾ ਸੂਟ ਲੈ ਕੇ ਆਵੇ ਦੇਖ ਲੈ ਕਿੰਨਾ ਚਿਰ ਹੋ ਗਿਆ ਮੈਨੂੰ ਤੈਨੂੰ ਕਹਿੰਦੀ ਨੂੰ ਪਰ ਵੀ ਤੂੰ ਮੁੱਕਰ ਗਈ ਸੀ ਪਰ ਜੀਤੋ ਬੰਸ ਹੋ ਰਹੀਆਂ ਦੇ
नवे नकोर कपड़े पाए सी तिया च एक मई नगार पाई फिर पुत जी तो ऐ करता है भी संदूक भरद कपड़िया का आदि धी वास्ते पर कबीरदारी दे झंझट हूँ तो इतों के कुछ लुकया व्या ऐतकी तो कणक घरे आ गई पर अद्धी तो खेत गड़िया ने मारती सी रही पूली खेत ट्राली भर के लै गया पिछों उसे की डूढ़ी ते लै लै खांदे रहे ऐतकी भी नहीं सवा के दिंदी सूट नहीं तू ऐ ना दिल छड तो की तो मैं मन च पहले ही धारी बैठी सी भी चाहे कुछ हो जाए एक सोहना जहा सूट जरूर बना के दूँ आदी धी नूं जांदी रह नहीं मेरी राणी है अमड़िए बस एक गल होर मन ली होर केड़ी पुत कढ़न वास्ते दसूती दी चादर सराहणे ते मेजपोश दा लिश लिश करदा कपड़ा ਵੀ ਸ਼ੇਰਾ ਉਹ ਬੋਤਲ ਦੇ ਦੇ ਜਿਹਨੂੰ ਵਿੜ ਦੇਖਿਆ ਹੀ ਬੰਦਾ ਤਾਂ ਰੱਬ ਦੇ ਡਰ ਜਾਂ ਮਰਨ ਲੱਗ ਪੈਂਦਾ ਉਹ ਬੋਤਲ ਕਿਹੜੀ ਤਾਇਆ ਭਗਤਿਆ ਵਾਹ ਸ਼ੇਰਾ ਤੈਨੂੰ ਨਹੀਂ ਪਤਾ ਉਹ ਜਿਹਦੇ ਬਾਰੇ ਕਹਿੰਦੇ ਹੁੰਦੇ ਨੇ ਕਿ ਨਾਭੇ ਦੀ ਇਹ ਬੰਦ ਬੋਤਲੇ ਤੈਨੂੰ ਦੇਖਦਿਆਂ ਨਸ਼ਾ ਚੜ ਜਾਵੇ ਨਾਭੇ ਦੀ ਬੋਤਲ ਤਾਇਆ ਹੋ ਗਈ ਬੰਦ ਅੱਛਾ ਉਹ ਹੁੰਦੀ ਸੀ ਅੰਗਰੇਜ਼ਾਂ ਵੇਲੇ ਹਾਂ ਤੇ ਤੂੰ ਹੁਣ ਆ ਪੀ ਕੇ ਦੇਖ ਵੇਖੀ ਪੀ ਕੇ ਰੂਸ ਤੇ ਰਾਗੜ ਤੇ ਨਾ ਚੜ੍ਹ ਜੇ ਤਾਂ ਕਿਹੜੀ ਇਹ ਸੰਤਰਾ ਲੱਗਦੀ ਹੈ ਕਿੰਨੇ ਦੀ ਆ ਬਾਈ ਪੂਰੇ 80 ਰੁਪਏ ਦੀ ਯਾਨੀ 20 ਘੱਟ 100 ਦੀ ਤੂੰ ਪੂਰਾ 100 ਲਿਖ ਜਾ ਰਸੀਆ ਨੂੰ ਮਾਰ ਗੋਲੀ ਕੜਕਾਈ ਆਪਣੇ ਘਰੇ 20 ਰੁਪਏ ਵੱਧ ਲਿਖ ਲੇਗਾ ਫਿਰ ਕੀ ਸਾਈ ਗੋਲੀ ਵੱਜਦੀ ਹੈ ਕਿਵੇਂ ਕਰਮ ਸਿਆ ਤੂੰ ਤਾਂ ਮੰਡੀ ਗਿਆ ਸੀ ਕਣਕ ਵੇਚਣ ਜੇ ਭਰੀ ਹੋਣੀਆਂ ਨੋਟਾਂ ਦੀ ਐਨੀ ਬੀਜੀ ਕਿਉਂ ਪਾਈ ਉਹਨੇ ਕਾਹਦੇ ਨੋਟ ਯਾਰ ਭਗਤਾ ਹਾਂ ਆੜਤੀ ਨੇ 4-5 ਹਜ਼ਾਰ ਰੁਪਇਆ ਮੇਰੇ ਕਨੀ ਕੱਢਤਾ ਅੱਛਾ ਅੱਗੇ ਵਿਆਹ ਤਰੀ ਬੈਠਾ ਕੁੜੀ ਆ ਉਹ ਫੇਰ ਤੂੰ ਫਿਕਰ ਕਿਹੜੀ ਗੱਲ ਦੀ ਕਰਦਾ ਹੈ ਕਰਮ ਸਿਆ ਹੈਗਾ ਤੇਰਾ ਵੱਡਾ ਭਾਈ ਭਗਤ ਸੂ ਕਣਕ ਆਈ ਆਪਣੇ ਐਤਕੀ ਬਹੁਤ ਮੇਰੇ ਕੋਲੋਂ ਲੈ ਲਈ ਜਿਹੜਾ 10-20 ਹਜ਼ਾਰ ਲੈਣਾ ਹੋਇਆ ਤੂੰ ਵਿਆਹ ਜ਼ਰੂਰ ਕਰ ਲਟਕੀ ਦਾ ਐਵੇਂ ਨਾ ਉਦਾਸ ਜਾ ਹੋਰ ਕੀ ਕੋਈ ਪਰਵਾਹ ਨਹੀਂ ਭਾਈ ਭਾਈਆਂ ਦੇ ਕੰਮ ਆਉਂਦੇ ਹੁੰਦੇ ਆ ਕਮਲੇ ਆ ਗੱਲ ਹੀ ਕੁਸਰੀ ਓਏ ਐ ਕਿਉਂ ਕੁੱਟਦੀ ਐ ਜਵਾਕ ਨੂੰ ਬੰਸੀਏ ਕੁੱਟਾਂ ਨਾ ਡੂੰਗੀ ਦਾ ਦਾਇਆ ਹੋਰ ਕੀ ਕਰਾਂ ਜਦੋਂ ਮੈਂ ਹੁਕਮੇ ਦੀ ਹੱਟੀ ਕੋਲ ਦੀ ਨਗਦੀਆਂ ਟੰਗਾ ਗਰੀਸ ਕੇ ਖੜ ਜਾਂਦਾ ਕਿ ਅੰਬ ਦਵਾ ਅੰਬ ਚੁੱਪਣ ਨੂੰ ਜੀ ਕਰਦਾ ਹੁਣ ਮੈਨੂੰ ਕਿੱਥੋਂ ਦਵਾ ਦੇ ਅੰਬ 800 ਤਾਂ ਇਹਦਾ ਅੱਗੇ ਹੋਇਆ ਪਿਆ ਹੁਣ ਮੈਂ ਆਪਣੇ ਆਪ ਨੂੰ ਗਹਿਣੇ ਟਿਕ ਜਾ ਓਏ ਤੂੰ ਕਿਉਂ ਆਪਣੇ ਆਪ ਨੂੰ ਗਹਿਣੇ ਰੱਖਣਾ ਬੰਸੀਏ ਗਹਿਣੇ ਟਿਕਣ ਤੇਰੇ ਦੁਸ਼ਮਣ ਹੈਗਾ ਤੂੰ ਵੀਦਾ ਤਾਇਆ ਓਏ ਹੁਕਮ ਚੱਲਦਾ ਜੋਖਦੇ ਵੀ ਕਿਲੋ ਅੰਬ ਸਾਡੇ ਤੁੰਦੀ ਵਾਸਤੇ ਦੇ ਦੂ ਮੈਂ ਕਣਕ ਵੇਚ ਕੇ ਸਾਰੇ ਬਹੁਤਾ ਹੀ ਆਪਣੇ ਐਤਕੀ ਕਣਕ ਸਵਾਤ ਭਰ ਕੀ ਬਗੈ ਫਿਕਰ ਕਿਹੜੀ ਗੱਲ ਦਾ ਕਰਦਾ ਬਈ ਭਗਤਿਆ ਆ ਤੇਰੇ ਵਰਗੇ ਦਿਆਲੂਆਂ ਦੇ ਸਿਰ ਤੇ ਚੱਲਦਾ ਸਾਡਾ ਤੋਰੀ ਫੁਲਕਾ ਆ ਮੈਂ ਕਿਹਾ ਹਰਬੰਸ ਕਰੇ ਆ ਅੰਬ 1 ਕਿਲੋ ਦੇਵਾਂ ਕੇ ਦੋ ਕਿਵੇਂ ਸਰਪੰਚ ਜਗ ਸਿਆ ਖੇਡਦੀਆਂ ਫੁੱਲਾਂ ਤੇ ਕਾਟੋ ਮੈਂ ਕਿਹਾ ਦਰਸ਼ਨ ਕਰਕੇ ਭਗਤ ਸਿਆ ਐਤਕੀ ਫਿਰ ਆਪਾਂ ਬੰਬਰੀ ਕੁੱਟਣੀ ਹੈ ਖੜਾ ਹੋਣਾ ਪੰਚਾਇਤੀ ਚੋਣਾਂ 'ਚ ਲਵਾਉਣੀਆਂ ਵੱਡੇ ਵੱਡੇ ਦੀਆਂ ਗੋਡੀਆਂ ਜ਼ਰੂਰ ਜ਼ਰੂਰ ਕਿਉਂ ਨਹੀਂ ਕਹਿਣ ਕਣਕ ਦੇ ਬੋਲ ਪੁੱਤ ਮੈਂ ਬੰਬਰ ਬਣ ਗਿਆ ਖੁਸ਼ੀਆਂ
दोबारा व्याह कराउणू जी करदा क्यों पहले तो लज्जत च नहीं आई मेरे सारे दी हुण आजू लज्जत हां तेरे कन्ना च हुण डंडियां गल विच सिगत वी सिर ते सगी फुल होर कड भी जुत्ती सूप दा घगरा खीर खाब दी कुर्ती ते उत्ते डोरिया कढ़े दी पत्त वर्गा ते नाले घुगिया गटारा ना कढ़िया होया बाग फेर की तू गई होवे पेकी ते मैं जावा तैनू लैण तेरे प्यो दा जवाई बन के डांग जटा जट दा तुरला तुरला गल विच दूरा कंठा अच्छा तिल्लेदार जुत्ती दी अड्डियां नु लगदा पोथा पोथा फेर मेरे मिर्जे दे बोता अच्छा पीके दारू दी घुट जट मिर्जा सौरी जाके मारे ललकार ओए हो के कमला ता नहीं हो गया अंदर बी फिरदी है कुत्ते बी तो अड्डी दूर बैठी है कुड्डे च की रगड़दी है चटनी मसाला रगड़दी है आसी झटका लैन गया कहंदा अज दा झटका खाण नु जी करदा आ कीती है ना गुरु दे सिंह वाली गल चलो इस बहाने अज खालसा भी चज दा भोजन पानी चक चका दे भोजन दे नाल पानी भी देख भी नसीब करे आ ता साडे गुरुआं ने मौज करती भी चज दा खाण पीण तो नहीं बरजिया उहनां ने फिर तू क्यों नहीं दारू पी लैंदा तू भी बह जी आसी ते माधव बरोबर कौला लेके ओ पीता मैं भी लैंदा दारू पी के कड़ा चलूड़े लड़दे आ मेरे साले दे पर भाई सुरगापुरी जाण तो पहला मेरे आला बापू मैनू सौ पवा गया सी कहदा देख भी भगत सिंह जे तू मेरा पुत है मेरे मन तो बाद ना मूंह नू लाई छिट लै भी नसीब करे ओ दिन गया ते आया आपा नी मुड़के लाई मूंह नू छिट हाँ हथ जरूर ला लैंदे सी हथ लाउण तो नहीं सी रोकिया बापू ने जे हथ लाउण तो रोकदा ता अज ਪਰਦੇ ਦੇ ਲੜਦਾ ਵੱਢ ਲਿਆਉਂਦੇ ਸਾਰੀ ਗੱਲ ਐਂ ਦੱਸਦਾ ਹੈ ਜਿਵੇਂ ਕਿਸੇ ਨਵੇਂ ਬੰਦੇ ਨੂੰ ਪਹਿਲੀ ਵਾਰੀ ਦੱਸਦਾ ਹੋਵੇ ਜਦੋਂ ਬਾਬਾ ਜੀ ਪੂਰੇ ਹੋਏ ਹੈ ਮੈਂ ਕਿਤੇ ਪ੍ਰਦੇਸ ਗਈ ਵੀ ਸੀ ਮੇਰੇ ਸਾਹਮਣੇ ਤਾਂ ਬਾਬਾ ਜੀ ਨੇ ਤੈਨੂੰ ਕਿਹਾ ਸੀ ਦਾਰੂ ਛੱਡਣ ਨੂੰ ਓਏ ਹਾਂ ਸੱਚ ਬਾਪੂ ਤੇਰੇ ਆਈ ਤੋਂ ਪਿੱਛੋਂ ਹੀ ਮਰਿਆ ਸੀ ਹੈ ਚੰਗਾ ਫਿਰ ਮੈਂ ਕੁੜੀ ਨਾਲ ਬਟਾ ਆਵਾਂ ਹੱਥ ਸਰਦਾਰ ਜੀਏ ਅੱਜ ਆਪਾਂ ਅੱਡ ਬਹਿ ਕੇ ਨਾ ਕਬੀਲਦਾਰੀ ਦੀਆਂ ਗੱਲਾਂ ਕਰਾਂਗੇ ਘਰੇ ਜਵਾਨ ਧੀ ਪੁੱਤ ਹੈ ਆਪਾਂ ਅੱਡ ਬਹਿ ਕੇ ਗੱਲਾਂ ਕਰਦੇ ਚੰਗੇ ਲੱਗਦੇ ਆ ਉਹ ਨਹੀਂ ਮੈਂ ਤਾਂ ਐ ਕਹਿੰਦਾ ਸੀਗਾ ਬਈ ਓਏ ਤੂੰ ਬਹਿ ਕੇ ਮੇਰੀ ਗੱਲ ਤਾਂ ਸੁਣ ਹਾਂ ਦੱਸ ਆਪਣੀਆਂ ਸਵਾਤ ਪਰ ਗੀ ਦਾੜਿਆਂ ਨਾਲ ਕੱਲ ਨੂੰ ਮੈਂ ਕਿਸੇ ਦੀ ਟਰੈਕਟਰ ਟਰਾਲੀ ਲੈ ਕੇ ਜਾਊਂ ਮੰਡੀ ਬੋਲ ਆਪਾਂ ਆਪਣੇ ਘਰ ਵਾਸਤੇ ਕੀ ਕੁਛ ਲੈ ਕੇ ਆਈਏ ਇੱਕ ਤਾਂ ਉਹ ਲੈ ਕੇ ਆਈਏ ਜਿਹੜਾ ਉਹ ਤਾਂ ਉੱਡਿਆ ਫਿਰਦਾ ਹੁੰਦਾ ਕੀ ਨਾਂ ਲੈਂਦਾ ਹੁੰਦਾ ਅਸੀਂ ਉਹਦਾ ਹਾਂ ਸੱਚ ਹੈਲੀਕਾਪਟਰ ਇੱਕ ਲਿਆਈਏ ਭਾਈ ਕਾਰ ਜਿਹੋ ਜਿਹੀ ਬਲਦੇਵ ਸਿੰਘ ਸਰਪੰਚ ਦੇ ਮੁੰਡੇ ਨੂੰ ਦਿੱਤੀ ਉਹਦੇ ਸਹੁਰਿਆਂ ਨੇ ਤੇ ਇੱਕ ਲਿਆਈਏ ਹਾਥੀ ਤੂੰ ਤਾਂ ਚਿਹਡਾਂ ਕਰਦੀਆਂ ਨਸੀਬ ਕੁਰੇ ਹੁਣ ਜੇ ਤੂੰ ਮੇਰੇ ਵਰਗੇ ਸਿੱਧੇ ਸਾਧੇ ਬੰਦੇ ਨਾਲ ਵਿਆਹੀ ਗਈ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੂੰ ਮੈਨੂੰ ਲੁੱਲ ਹੀ ਸਮਝਦੇ ਉਹ ਨੰਦਾ ਵੇਲੇ ਕਿਹਾ ਨਹੀਂ ਸੀ ਭਾਈ ਜੀ ਨੇ ਤੈਨੂੰ ਵੀ ਭਾਈ ਬੀਬਾ ਆਪਦੇ ਘਰ ਵਾਲੇ ਨੂੰ ਰੱਬ ਦਾ ਰੂਪ ਸਮਝੀ ਹੈ ਤੂੰ ਸੱਚੀ ਮੁੱਚੀ ਰੱਬ ਦਾ ਰੂਪ ਸਿੱਧਾ ਸਾਦਾ ਰੱਬ ਵਰਗਾ ਭੋਲਾ ਪੰਛੀ ਫਿਰ ਤੂੰ ਮੇਰੇ ਨਾਲ ਕਬੀਲਦਾਰੀ ਦੀਆਂ ਗੱਲਾਂ ਕਿਉਂ ਨਹੀਂ ਕਰਦੀ ਨਾਲੇ ਅੱਜ ਤਾਂ 300 ਮਣ ਕਣਕ ਆਈ ਆਪਣੇ ਘਰੇ ਇਹਦਾ ਤੈਨੂੰ ਚੋਈ ਨਹੀਂ 300 ਮਣ ਹੋਰ ਕੀ ਘੱਟ ਲੱਗਦੀ ਹੈ ਤੈਨੂੰ ਕਿਤੇ ਤਾਂ ਲੋਕ ਤੈਨੂੰ ਭੋਲਾ ਪੰਛੀ ਕਹਿੰਦੇ ਕਿਉਂ ਕਣਕ ਸਾਰੀ 200 ਮਣ ਤੋਂ ਦਾਣਾ ਉੱਤੇ ਨਹੀਂ ਉਹ ਨਹੀਂ ਨਸੀਬ ਕੁਰੇ ਮੈਂ ਤੇ ਮਾਧੋ ਨੇ ਚੰਗੀ ਤਰ੍ਹਾਂ ਕੀ ਹੈ ਉਹ ਵੀ ਕਹਿੰਦਾ ਸੀ ਵੀ 300 ਮਣ ਹੋਊ ਤੂੰ ਪੜ੍ਹਾਈ ਲਿਖਾਈ ਤੇ ਸਾਥੋਂ ਥੋੜੀ ਜੀ ਜ਼ਿਆਦਾ ਸਿਆਣੀਆਂ ਮਨ ਤਾਂ ਹੁਣ ਘੱਟ ਕਰ ਲੈ ਹੋਰ ਕੀ ਤੂੰ ਤੇ ਮਾਧੋ ਨੇ ਤਾਂ ਪਰ ਕੱਤੇ ਵੇਲੇ ਕਪਾਹ ਵੀ 200 ਮਣ ਅੰਗੀ ਸੀ ਪਰ ਉੱਥੇ ਆੜਤੀਆਂ ਦੇ ਜਾ ਕੇ ਪਤਾ ਲੱਗਿਆ ਵੀ ਕਪਾਹ ਸਾਰੀ 4 ਵੀ ਹੈ ਉਹ ਕਪਾਹ ਦਾ ਕੀ ਹੁੰਦਾ ਉਹ ਤਾਂ ਫੁੱਲ ਬੀਜੀ ਹੁੰਦੀ ਹੈ ਲੱਗਦਾ ਜੀ ਅੱਟਾ ਸੱਟਾ ਤੇ ਕਣਕ ਦਾ ਅੱਟਾ ਸੱਟਾ ਲਾਉਣ ਨੂੰ ਕਿਹੜਾ ਤੂੰ ਤੇ ਮਾਧੋ ਕਾਸ਼ੀ ਜਾ ਕੇ ਲੰਡਿਆਂ ਦੀ ਪੜ੍ਹਤ ਪੜ੍ਹ ਕੇ ਆਇਓ ਤੇਰਾ ਤੇ ਮਾਧੋ ਦਾ ਦਿਮਾਗ ਰੱਬ ਨੇ ਇੱਕੋ ਸੈਂਚੇ ਨਾਲ ਘੜਿਆ ਲੱਗਦਾ ਪਤਾ ਨਹੀਂ ਉਹਨੂੰ ਪਹਿਲਾਂ ਹੀ ਪਤਾ ਸੀ ਵੀ ਮਾਧੋ ਭਗਤੇ ਨਾਲ ਹੀ ਸੀਰੀ ਰਲਿਆ ਕਰੂ
ਅਖੇ ਰਾਮ ਬਣਾਈ ਜੋੜੀ ਕੰਨਾ ਇੱਕ ਕੋੜੀ ਹਟ ਵੇ ਐਵੇਂ ਨਹੀਂ ਚੰਦਰੀ ਭਾਖਿਆ ਮੂੰਹੋਂ ਕੱਢਣੀ ਚਾਹੀਦੀ ਜੇ ਹੁਣ ਸਧਾਰਨ ਮੱਤ ਦੇ ਐ ਅੰਨੇ ਕੋੜੀ ਤਾਂ ਨਹੀਂ ਬਣਾਉਣੇ ਆ ਜਿਹੜੇ ਚਾਰ ਮਨ ਦਾਣੇ ਘਰੇ ਆਏ ਆ ਇਹਨਾਂ ਦੇ ਹੱਥਾਂ ਦੀ ਕੋਈ ਬਰਕਤ ਹੈ ਫਿਰ ਤੂੰ ਕੋ ਇਹਨਾਂ ਦੇ ਦਿਮਾਗ ਦਾ ਪੋਸਟਮਾਰਟਮ ਕਰ ਰਹੀ ਆ ਮਾਤਾ ਪ੍ਰਧਾਨ ਮੰਤਰੀ ਜੀ ਲੈ ਵੀ ਅਸੀਂ ਤੂੰ ਹੀ ਦੱਸ ਭਲਾ ਜਿਹੜੀ ਅੱਜ ਆਪਾਂ ਕਣਕ ਢੋਈ ਹੈ ਇਹ ਕਿੰਨੀ ਕੁ ਜਾ ਨਿਗਾਹ ਮਾਰ ਕੇ ਅੰਗ ਮੈਂ ਤਾਂ ਅੰਗਲੀ ਬਾਪੂ ਸਿੰਘ ਜੀ ਕਿੰਨੀ ਕੁ ਵੇਰ ਭਲਾ ਸ਼੍ਰੀਮਾਨ ਬਾਪੂ ਭੋਲੇ ਭਗਤ ਰਾਮ ਜੀ ਹਾਂ ਇਹ ਕਣਕ 120 ਮਣ ਤੋਂ ਕੁਛ ਟਾਂਕੀ ਉੱਤੇ ਨਹੀਂ ਜਿਹਨੂੰ ਤੁਸੀਂ ਆਪਦੀ ਅੰਗਰੇਜ਼ੀ ਭਾਸ਼ਾ 'ਚ ਛੀ ਬੀਹਾਂ ਕਹਿ ਦਿੰਦੇ ਹੋ ਨਹੀਂ ਅਸੀਂ ਕਣਕ 7 ਬੀਹਾਂ ਦੇ ਨੇੜੇ ਤੇੜੇ ਤਾਂ ਹੋ ਹੀ ਹੋ ਓਏ ਤਾਂ ਯਾਰ ਅਸੀਂ ਤੂੰ ਸਾਡਾ ਦਿਲ ਨਾ ਘਟਾ ਮੇਰੇ ਯਾਰ ਓਏ ਇਹਨੂੰ ਕੀ ਪਤਾ ਹੈ ਇਹ ਚੱਲਦਾ ਆਪਦੀਆਂ ਕਿਤਾਬਾਂ ਦੇ ਹਿਸਾਬ ਨਾਲ ਆਪਾਂ ਆਪਣੇ ਹੱਥੀ ਬੀਜੀ ਆਪਣੇ ਹੱਥੀ ਵੱਢੀ ਆਪਣੇ ਹੱਥੀ ਕੱਢੀ ਹੱਥਾਂ ਦੀ ਅੰਗੀ ਪੂਰੀ ਉਤਰੂ ਕਿਹਦੀਆਂ ਕਿਤਾਬਾਂ ਦੀ ਉਹ ਗੱਲ ਤਾਂ ਤੁਹਾਡੀ ਠੀਕ ਹੈ ਬਾਪੂ ਵਕੀਲ ਸਿੰਘ ਜੀ ਪਰ ਇਹਨਾਂ ਹੱਥਾਂ ਨਾਲ ਬੀਜਦਿਆਂ ਵੱਢਦਿਆਂ ਕੱਢਦਿਆਂ ਤੇ ਅੰਗਦਿਆਂ ਦੀ ਆਹ ਦਾੜੀ ਕਾਲੀ ਤੋਂ ਚਿੱਟੀ ਹੋ ਚੱਲੀ ਕਿਤੇ ਅੰਗੀ ਪੂਰੀ ਵੀ ਉਤਰੀ ਚਲੋ ਜਿਹੜੀ ਦਾਤੇ ਨੇ ਦੇਤੀ ਉਹੀ ਭਲੀ ਦਾਤੇ ਨੇ ਦੇਤੀ ਨਾਲੇ ਹੋਰ ਉਹ ਫਿਰ ਕਦੋਂ ਚੱਲੀਏ ਮਾਧੋ ਕਣਕ ਲੈ ਕੇ ਮੰਡੀ ਜਦੋਂ ਤੇਰੀ ਰੂਹ ਮੰਨੇ ਮੇਰੇ ਕੰਨੀਆਂ ਤਾਂ ਭਾਵੇਂ ਕੱਲ ਨੂੰ ਪੁੱਛ ਲਾ ਕਿਸੇ ਦੀ ਟਰੈਕਟ ਟਰਾਲੀ ਨਹੀਂ ਕੱਲ ਨੂੰ ਤਾਂ ਦਿੱਲੀ ਸ਼ੁੱਧ ਪਰਸੋਂ ਐਤਵਾਰ ਹੈ ਸੋਮਵਾਰ ਨੂੰ ਠੀਕ ਰੂ ਸੌਦਾ ਸੋਮਵਾਰ ਨੂੰ ਲੈ ਚੱਲ ਆਪਾਂ ਤਾਂ ਤੇਰੇ ਮਗਰਾਂ ਭਗਸਿਆ ਤੂੰ ਆਪਦਾ ਹਿੱਸਾ ਰੱਖੇਗਾ ਕਿ ਵੇਚੇਗਾ ਵੇਚਾਂਗੇ ਵਿਆਹ ਕਰਾਂਗੇ ਲਟਕੀ ਦਾ ਮੁੰਡੇ ਵਾਲੇ ਜ਼ੋਰ ਪਾਈ ਜਾਂਦੇ ਹੈ ਓਏ ਆਹ ਤਾਂ ਭਾਈ ਸਾਹਿਬ ਭੱਲੀ ਸੋਚੀ ਮੈਂ ਤਾਂ ਆਪ ਸੋਚਦਾ ਸੀ ਵੀ ਬੀਬ ਨੂੰ ਉਹਦੇ ਘਰ ਤੋਰਾਂ ਪਰ ਸਾਰਾ ਇਸ ਕਬੀਲਦਾਰੀ ਦੇ ਕੁੱਲੂ ਗੇੜ 'ਚ ਨਹੀਂ ਨਿਕਲਿਆ ਜਾਂਦਾ ਕਦੇ ਕੋਈ ਸਰਕਾਰੀ ਕਰਜ਼ਾ ਕਦੇ ਕਿਸੇ ਆੜਤੀਏ ਬਾੜੀਏ ਮੁਕਾਬਲਾ ਮੈਨੂੰ ਐਂ ਲੱਗਦਾ ਭਗਤ ਸਿੰਘ ਆਪਾਂ ਤਾਂ ਨਾ ਕੋਲੂ ਵਾਲੇ ਬਲਦ ਵਾਂਗੂ ਇੱਕੋ ਥਾਂ ਤੇ ਗੇੜੇ ਦਿੰਦੇ ਦਿੰਦੇ ਜੂਨ ਕੱਟ ਜਾਵਾਂਗੇ ਭਰਾਵਾ ਓਏ ਹੋਰ ਕੀ ਬਾਪੂ ਜੈਦ ਕੀ ਚਾਰ ਪੈਸੇ ਬਚਾ ਕੇ ਆਪਾਂ ਇੱਕ ਬੈਠਕ ਛੱਤ ਲਈਏ ਬੈਠਣ ਉੱਠਣ ਨੂੰ ਜਮੀ ਥਾਂ ਨਹੀਂ ਓਏ ਹਾਂ ਭਾਈ ਤੇਰੀ ਮਾਂ ਵੀ ਕਹਿੰਦੀ ਸੀ ਵੀ ਕੱਲ੍ਹ ਨੂੰ ਸੁੱਖ ਨਾਲ ਬੀਬ ਨੇ ਵਿਆਹਿਆ ਵਰਿਆ ਜਾਣਾ ਪ੍ਰਾਹੁਣੇ ਧਰਾਉਣੇ ਨੇ ਵੀ ਆਉਂਦੇ ਜਾਂਦੇ ਰਹਿਣਾ ਪ੍ਰਾਹੁਣੇ ਧਰਾਉਣੇ ਦੇ ਬੈਠਣ ਵਾਸਤੇ ਤਾਂ ਨਾ ਅੱਡੀ ਥਾਂ ਚਾਹੀਏ ਮਾਧੋ ਕਿ ਨਹੀਂ ਗੱਲ ਤੇਰੀ ਟਰ ਗਈ ਭਗਤ ਸਿੰਘ ਇੰਨੇ ਨਾਲ ਭਾਈ ਜਵਾਈ ਭਾਈ ਦੀ ਇੱਜ਼ਤ ਬਣੀ ਰਹਿੰਦੀ ਹੈ ਨਾਲੇ ਜਾ ਤਾਇਆ ਮੇਰੇ ਨਾਲ ਮੇਰੇ ਪੜ੍ਹੇ ਲਿਖੇ ਯਾਰ ਮਿੱਤਰ ਆਉਂਦੇ ਆ ਨਾ ਸੰਗ ਜੀ ਲੱਗਦੀ ਹੈ ਆ ਡੰਗਰਾਂ ਵਾਲੇ ਭਰਾਂਡੇ 'ਚ ਉਠਾਉਣੇ ਪੈਂਦੇ ਆ ਮੰਜੇ ਗੱਲ ਤੇਰੀ ਵੀ ਛੇਰਾ ਇੱਟਰ ਗਈ ਭਾਈ ਆ ਪੜ੍ਹਿਆਂ ਲਿਖਿਆਂ ਦੀ ਜੈਂਟਰਮੈਨੀ ਦਾ ਖਿਆਲ ਵੀ ਰੱਖਣਾ ਚਾਹੀਏ ਆਹ ਜਿਹੜਾ ਕੋਠਾ ਨਾ ਮਾਧੋ ਆ ਜਿਹਦੇ 'ਚ ਸੁਭਾਤ ਜਿਹਦੇ 'ਚ ਆਪਾਂ ਕਣਕ ਢੋਈ ਅੱਜ ਇਹ ਮੇਰੀ ਸੁਰਤ ਤੋਂ ਪਹਿਲਾਂ ਦਾ ਛੱਤਿਆ ਹੋਇਆ ਦੇਖ ਲੈ 50 ਸਾਲ ਤਾਂ ਹੋ ਗਏ ਹੋਣਗੇ ਨੇ ਤਾਂ ਮੈਥੋਂ ਨਹੀਂ ਮੇਰੇ ਸਾਲੇ ਦੀ ਮੁੜ ਕੇ ਇੱਟ ਲੱਗੀ ਉਹ ਕਾਹਨੂੰ ਲੱਗਦੀ ਹੈ ਛੋਟੇ ਭਾਈ ਲਾ ਬਈ ਤਾਇਆ ਆਪਾਂ ਤਾਂ ਲਾਈਏ ਸੀਤ ਭੋਗ ਬਾਪੂ ਤਾਂ ਸਾਡੇ ਵਾਲਾ ਜੈਨ ਮੁਨੀ ਬਣਿਆ ਬੈਠਾ ਊ ਬਾਪੂ ਜੇ ਤੈਨੂੰ ਜਾਨਸਾਰ ਧਰਮ ਰਾਜ ਨਹੀਂ ਪੁੱਛ ਲਿਆ ਬਈ ਆਪਦੀ ਜ਼ਿੰਦਗੀ 'ਚ ਕਿਤੇ ਚੱਜ ਨਾਲ ਖਾਧਾ ਪੀਤਾ ਵੀ ਹੈ ਕੁਛ ਤਾਂ ਕੀ ਜਵਾਬ ਦੇਂਗਾ ਮੈਂ ਆਖੂ ਝਟਕਾ ਖਾਧਾ ਸੀ ਤੇ ਪੀਤਾ ਪਿਤਾੜੀ ਸਿਆ ਪੀਤਾ ਕਿਹੜਾ ਨਾ ਮਾਧੋ ਮੈਂ ਮੰਡੀ ਗਿਆ ਉੱਥੇ ਮੈਨੂੰ ਮੇਰੀ ਮਾਸੀ ਦਾ ਮੁੰਡਾ ਕਰਤਾਰਾ ਮਿਲ ਗਿਆ ਉਹ ਤੈਨੂੰ ਪਤਾ ਲੀਡਰੀ 'ਚ ਪੈਰ ਧਰਦਾ ਇੱਕ ਦੋ ਨੂੰ ਠਾਣੇ ਕਚਹਿਰੀ ਲਈ ਫਿਰਦਾ ਅਸੀਂ ਚੱਲਦਾ ਉਹਦਾ ਤੋਰੀ ਫੁਲਕਾ ਉਹ ਮੈਨੂੰ ਕਹਿੰਦਾ ਆ ਜਾ ਬਾਈ ਤੈਨੂੰ ਇੱਕ ਠੰਡੀ ਮਿੱਠੀ ਚੀਜ਼ ਪਿਆਈਏ ਉੱਥੇ ਮੈਨੂੰ ਨਾ ਇੱਕ ਕੁੱਬੇ ਜਿਹੇ ਬਾਣੀਏ ਦੀ ਦੁਕਾਨ 'ਚ ਲੈ ਵੜਿਆ ਉਸ ਬਾਣੀਏ ਨੇ ਨਾ ਭਾਈ ਅੰਬ ਰਿੜਕ ਰਿੜਕ ਕੇ ਅੰਗਰੇਜ਼ੀ ਮਸ਼ੀਨ ਨਾਲ ਅੰਬਾਂ ਦੀ ਲੱਸੀ ਬਣਾਈ ਅੰਬ ਦੀ ਲੱਸੀ ਬਈ ਸਵਾਦ ਸੀ ਮਾਧੋ ਉਹ ਸਵਾਦ ਸੀ ਬਸ ਪੁੱਛੀ ਕੁਛ ਨਾ ਮੇਰਾ ਤਾਂ ਇੱਕ ਗਲਾਸ ਪੀ ਕੇ ਇੱਕ ਹੋਰ ਪੀਣ ਨੂੰ ਜੀ ਕਰੇ ਪਰ ਭਾਈ ਮੈਂ ਸਕਦਾ ਜਾਂ ਬੋਲਿਆ ਨਾ ਬਈ ਸਦਕੇ ਜਾਈਏ ਅੰਗਰੇਜ਼ ਦੇ ਦਿਮਾਗ ਦੇ ਤੇ ਫਿਰ ਹੁਣ ਧਰਮਰਾਜ ਕੋਲ ਜਾ ਕੇ ਸਾਡੇ ਬਾਪੂ ਸਾਹਿਬ ਦੱਸਣਗੇ ਹੇ ਧਰਮਰਾਜ ਅਸੀਂ ਆਪਦੀ ਜ਼ਿੰਦਗੀ 'ਚ ਬੜੀ ਐਸ਼ ਕੀਤੀ ਅਸੀਂ ਅੰਗਰੇਜ਼ਾਂ ਦੀ ਬਣਾਈ ਹੋਈ ਮਸ਼ੀਨ ਨਾਲ ਅੰਬ ਦੀ ਲੱਸੀ ਪੀਤੀ ਸੀ ਓਏ ਹਾਸੀ ਵਾਲੀ ਗੱਲ ਨਹੀਂ ਹਾਸੀ ਬੰਦੇ ਨੂੰ ਮਨਪਸੰਦ ਦੀ ਚੀਜ਼ ਮਿਲੇ ਤਾਂ ਰੱਜ ਵੀ ਮਿਲੇ ਨਹੀਂ ਤਾਂ ਮੇਰੇ ਸਾਲੇ ਦਾ ਊਈਂ ਤਰਸੇਵਾਂ ਜਿਹਾ ਰਹਿੰਦਾ
ਲੈ ਹੁਣ ਮੈਂ ਆਪਦੀ ਸਾਰੀ ਜ਼ਿੰਦਗਾਨੀ ਚ ਨਾ ਕਦੋਂ ਰੱਜ ਕੇ ਤੱਤੀਆਂ ਤੱਤੀਆਂ ਜਲੇਬੀਆਂ ਹੀ ਨਹੀਂ ਖਾਧੀਆਂ। ਮੈਨੂੰ ਐ ਲੱਗਦਾ ਵੀ ਮੈਂ ਜੇ ਜਲੇਬੀਆਂ ਬਣਾਉਣ ਵੇਲੇ ਹਲਵਾਈ ਕੋਲੇ ਬਹਿ ਜਾ ਨਾ ਤਿੰਨ ਚਾਰ ਟੋਕਰੇ ਤਾਂ ਖਾ ਜਾ ਜਲੇਬੀਆਂ ਦੇ। ਉਹ ਐਡੀਆਂ ਜਲੇਬੀਆਂ ਖਾ ਕੇ ਤਾਂ ਬੰਦਾ ਉਹੀ ਆਫਰ ਕੇ ਮਰ ਜੇ। ਉਲਾ ਮਰ ਜੇ ਤਾਂ ਮਰ ਜੇ, ਫਿਰ ਜਦੋਂ ਬੰਦੇ ਦੀ ਰੂਹੀ ਭਰ ਗਈ ਫਿਰ ਜਿਉਂਕੇ ਕੀ ਬੜੇਵੇਂ ਲੈਣੇ ਆ ਭਗਤ ਸਿੰਘ। ਮਾਰੇ ਉਤਰੀ ਤਾਂ ਭਾਵੇਂ ਫਿਰ ਪਾਕਿਸਤਾਨ ਵਾਲੇ ਟੈਂਕ ਲੰਘੀ ਜਾਣ, ਮੈਂ ਨਾ ਮਰਨ ਮੁਰਨ ਤੋਂ ਡਰਦਾ। ਬਾਪੂ ਐਤਕੀ ਮੈਂ ਜਾਊ ਮੰਡੀ ਕਣਕ ਲੈ ਕੇ, ਤੈਨੂੰ ਤਾਂ ਜਿਵੇਂ ਆੜਤੀਆ ਕਹਿ ਦਿੰਦਾ ਮੰਨ ਲੈਣਾ ਸੱਤ ਵਚਨ ਕਹਿ ਕੇ। ਉਹ ਲੈ ਭਾਈ ਤੂੰ ਲੈ ਜੀ, ਇਹ ਤਾਂ ਹੋਰ ਵੀ ਖੁਸ਼ੀ ਵਾਲੀ ਗੱਲ ਹੈ। ਕੱਲੂ ਸੁੱਖ ਨਾਲ ਤਈ ਬਣਦਾ ਕੁੰਜੀ ਬਖਤਿਆਰ ਕਰਦਾ। ਬਾਈ ਮੈਨੂੰ ਰਾਵੜ ਦੀ ਗੁੱਡੀ ਲਿਆਵੇਂਗਾ? ਓਏ ਹਾਂ ਭਾਈ ਆਸੀ, ਆਪਣੀ ਪਾਲੀ ਭੈਣ ਵਾਸਤੇ ਉਹ ਰਬੜ ਦੀ ਗੁੱਡੀ ਜਿਹਨੂੰ ਅੰਗਰੇਜ਼ੀ ਗੁੱਡੀ ਕਹਿੰਦੇ ਆ ਨਾ, ਅੱਖਾਂ ਜੀਆਂ ਫੜਕਾਉਣ ਵਾਲੀ, ਉਹ ਜ਼ਰੂਰ ਲੈ ਕੇ ਆਈ। ਅਤੇ ਤੂੰ ਏ ਪੱਪੂ ਤੂੰ ਕੀ ਮੰਗਾਉਣਾ ਬਾਈ ਤੋਂ? ਬਾਈ ਮੈਨੂੰ ਸਾਈਕਲ ਲਿਆ ਦੇਂਗਾ ਟੱਲੀ ਵਾਲਾ? ਉਹ ਬੱਲੇ ਵੀਰਿਆ, ਸਭ ਕੁਝ ਲਿਆ ਦੂੰ, ਪਾਲੀ ਭੈਣ ਵਾਸਤੇ ਰਬੜ ਦੀ ਗੁੱਡੀ ਅਤੇ ਪੱਪੂ ਵੀਰੇ ਵਾਸਤੇ ਸਾਈਕਲ। ਅਤੇ ਨਾਲੇ ਬਾਈ ਆਪਣੀ ਭੈਣ ਵਾਸਤੇ ਪੜ੍ਹੀਆਂ ਲਿਖੀਆਂ ਕੁੜੀਆਂ ਵਾਲਾ ਇੱਕ ਸੂਟ, ਨਾਲੇ ਬਾਈ ਇੱਕ ਦਸੂਤੀ ਦੀ ਚਾਦਰ, ਸਰਾਣੇ ਤੇ ਮੇਜ਼ ਪੋਸ਼ ਦਾ ਲਿਸ਼ ਲਿਸ਼ ਕਰਦਾ ਕੱਪੜਾ। ਹਾਂ ਜ਼ਰੂਰ ਲਿਆਓ ਪੁੱਤ, ਪਿਛਲੀ ਵਾਰੀ ਤਾਂ ਅਸੀਂ ਜ਼ਰੂਰ ਲੈ ਕੇ ਆਈ ਪੁੱਤ। ਆਜਾ ਭਾਈ ਦੇਖ ਲੈ ਤਰੀ ਕਿੰਨੀ ਕੁ ਰੱਖਣੀ ਹੈ। ਤੂੰ ਚੱਲ ਬੀਬਾ ਮੈਂ ਆਉਣਾ। ਚਲੋ ਵੀ ਸ਼ੁਰੂ ਜਾ ਵੀ ਫਿਰ ਅਸੀਂ ਵੇਖਾ ਤਰੀ। ਨਾ ਬਈ ਤਾਇਆ ਤੂੰ ਲਾ ਪੈਗ, ਮੈਂ ਮੀਟ ਦਾ ਦੇਖਾਂ ਮਾਰ ਰੰਗ ਟੰਗ। ਆਹੋ ਦੇਖ ਲੈ ਚੰਗੀ ਤਰ੍ਹਾਂ ਮਾਰ ਲਈ ਕਰਚੀ ਕੁਰਚੀ, ਕਿਤੇ ਖਰਾਬ ਹੋ ਜੇ ਨਾ। ਤੂੰ ਭਗਤ ਸਿੰਘ ਕਦੀ ਨੀ ਪੀਤੀ ਆਪਦੀ ਜ਼ਿੰਦਗਾਨੀ ਚ ਦਾਰੂ? ਉਹ ਨਹੀਂ, ਆ ਪਿਛਲੇ 10 ਸਾਲਾਂ ਤੋਂ ਨਹੀਂ ਪੀਤੀ। ਪਹਿਲਾਂ ਤਾਂ ਕਦੇ ਕਦੇ ਸਹੁੰ ਭੰਨ ਲੈਂਦੇ ਸੀ, ਪਰ ਭਾਈ ਜਦੋਂ ਦਾ ਮਰਨ ਵੇਲੇ ਮੇਰੇ ਵਾਲਾ ਬਾਪੂ ਮੈਨੂੰ ਸਹੁੰ ਪਵਾ ਗਿਆ ਨਾ, ਆਪਾਂ ਨੀ ਫਿਰ ਮੁੜ ਕੇ ਮੂੰਹ ਨੂੰ ਲਾਈ। ਆਸ਼ਕੇ ਓਏ ਭਗਤ ਸਿੰਘ ਤੇਰੇ ਬੁੜੀ ਪੁੱਤ ਜੰਮੇ ਤਾਂ ਤੇਰੇ ਅਰਗਾ, ਉਹ ਇੱਥੇ ਤਾਂ ਕੋਈ ਜਿਉਂਦਿਆਂ ਨੂੰ ਨੀ ਪੁੱਛਦਾ, ਤੂੰ ਮਰੇ ਪਏ ਦੀ ਸਿਵਿਆਂ 'ਚ ਕਦਰ ਵਧਾਈ ਜਾਂਦਾ। ਪਰ ਊਂ ਇਹ ਚੀਜ਼ ਸਾਲੀ ਛੱਡਣ ਵਾਲੀ ਨੀ, ਬੰਦੇ ਦੇ ਅੰਦਰ ਗਈ ਨੀ। ਤੇ ਬੰਦੇ ਨੂੰ ਬੰਬੂ ਕਾਟ ਤੇ ਚੜਾਇਆ ਨੀ, ਹੁਣ ਤੂੰ ਦੇਖ ਲੈ। ਉਹ ਸਾਹਮਣੇ ਜਿਹੜੀ ਅਮਰੀਕਾ ਵਾਲਿਆਂ ਦੇ ਬਾਰੇ ਤੇ ਫੋਟੋ ਵਾਲੇ ਰੇੜੂਏ ਦੀ ਕਬੂਤਰ ਵਾਲੀ ਜਦਰੀ ਜੀ ਹੈ ਨਾ, ਉਹ ਮੈਨੂੰ ਮੇਰੇ ਨਾਲੇ ਦੀ ਪੂਰੀ ਅੰਗੂ ਘੁਕਦੀ ਦਿੰਦੀ ਹੈ। ਬਈ ਸਦਕੇ ਜਾਈਏ ਗਰੇਜ ਦੇ ਦਿਮਾਗ ਦੇ।
ਉਹਦੇ ਬਾਪੂ ਨੂੰ ਬਾਹਰ ਲੈ ਕੇ ਦੱਸ ਸਮਾਂ ਓਏ ਕੀ ਕਹਿ ਗਿਆ ਜਵਾਕ ਜਾ ਉਹ ਬੈਂਕ ਵਾਲੇ ਆਉਂਦੇ ਆ ਉਹ ਮੈਂ ਹੁਣ ਕੀ ਕਰਾਂ ਤੂੰ ਐ ਕਰ ਤੂੜੀ ਵਾਲੇ ਚ ਲੁਕ ਜਾ ਤੂੜੀ ਵਾਲਾ ਕਿਹੜੇ ਪਾਸੇ ਹੈ ਕੀ ਗੱਲ ਹੋ ਗਈ ਮਾਧੋ ਸਟੇਟੀ ਵਾਲੇ ਆਉਂਦੇ ਆ ਭੈਣ ਦੇ ਖਸਮ ਮਰ ਵੇ ਪੱਟੀਆਂ ਜੜਾਂ ਵਾਲਿਓ ਫਿਰ ਹੁਣ ਕਿੱਥੇ ਭੇਜਦਾ ਮੈਂ ਤਾਂ ਤੂੜੀ ਵਾਲੇ ਚਿਲਕੋਤਾ ਚੰਗਾ ਮੈਂ ਆਸੀ ਨੂੰ ਵੀ ਕਰਦੇ ਇੱਧਰ ਉੱਧਰ ਆਹੋ ਨਸੀਬ ਕੁਰੇ ਉਹਨੂੰ ਨੰਜੜਕੇ ਵਾਲੇ ਪਾਸੇ ਕੰਧ ਤੁਸੀਂ ਤਾਰਦੀ ਕਰਈਆਂ ਭਗਤ ਸਿੰਘ ਸਤਿਕਾਰ ਜੀ ਸਰਦਾਰ ਸਾਹਿਬ ਸਤਿਕਾਰ ਕਿੱਥੇ ਵੀ ਤੇਰਾ ਸਰਦਾਰ ਭਗਤ ਸਿੰਘ ਉਹ ਤਾਂ ਜੀ ਤੜਕੇ ਦਾ ਤਖ਼ਤ ਉਪਰੇ ਗਿਆ ਹੋਇਆ ਉਹਦਾ ਸਾਡੂ ਬਿਮਾਰ ਸੀ ਜੀ ਕਈ ਦਿਨਾਂ ਦਾ ਉਹਦਾ ਪਤਾ ਲੈਣ ਗਿਆ ਜੀ ਉਹ ਤਾਂ ਸਾਡੂ ਦਾ ਪਤਾ ਲੈਣ ਗਿਆ ਕਿ ਸਾਲੀ ਨੂੰ ਮਿਲਦਾ ਝੱਸ ਪੂਰਾ ਕਰਨ ਗਿਆ ਹੁਣ ਕਿਸ਼ਤਾਂ ਕੁਸ਼ਤਾਂ ਭਰਨੀਆਂ ਕਿ ਅੰਦਰ ਹੋਣ ਦੀ ਸਲਾਹ ਉਹਦੀ ਲਓ ਜੀ ਸਰਦਾਰ ਸਾਹਿਬ ਤੁਹਾਡੇ ਹੁੰਦਿਆਂ ਗਰੀਬ ਬੰਦਾ ਅੰਦਰ ਹੋ ਜੀ ਕਿਉਂ ਮੈਂ ਮੁੱਖ ਮੰਤਰੀ ਹਾਂ ਇੱਕ ਵਾਰੀ ਖਲਾਸੀ ਕਰਾਤੀ ਥੋੜਾ ਸਾਡੇ ਤਾਂ ਤੁਸੀਂ ਮੁੱਖ ਮੰਤਰੀ ਹੋ ਸਰਦਾਰ ਸਾਹਿਬ ਉਹਦਾ ਮੁੰਡਾ ਕਿੱਥੇ ਆ ਮੁੰਡਾ ਜੀ ਉਹਦਾ ਤਾਂ ਜੀ ਮੈਨੂੰ ਪਤਾ ਨਹੀਂ ਖੋਜੋ ਮੈਂ ਪੁੱਛ ਕੇ ਦੱਸ ਦਿੰਦਾ ਹੈ ਆਪਣਾ ਪਾੜਾ ਘਰੀਏ ਨਸੀਬ ਕੁਰੇ ਉਹ ਤਾਂ ਮੰਡੀਓ ਪੜਨ ਗਏ ਮੁੜ ਕੇ ਨਹੀਂ ਆਇਆ ਉੱਥੇ ਕਿਤੇ ਆਪਦੇ ਯਾਰ ਬੇਲੀ ਕੋਲੇ ਰਹਿ ਪਿਆ ਹੁਣ ਕਹਿੰਦਾ ਤਾਂ ਸੀ ਵੀ ਜੇ ਨਾ ਆਇਆ ਫਿਕਰ ਨਾ ਕਰਿਓ ਕਿ ਉਹ ਕੀ ਗੱਲ ਹੋ ਗਈ ਮਾਧੋ ਉਹ ਕੁਛ ਨਹੀਂ ਕੁਛ ਨਹੀਂ ਇੱਧਰ ਆਪਣੇ ਸਰਪੰਚ ਸਾਹਿਬ ਆਏ ਇੰਸਪੈਕਟਰ ਸਾਹਿਬ ਨੂੰ ਲੈ ਕੇ ਉੱਥੇ ਖੜੀ ਭਾਸ਼ਣ ਦੇਈ ਜਾਂਦੀ ਆ ਲੀਡਰਾਂ ਵਾਂਗੂ ਉਹ ਤੋਂ ਇੱਥੇ ਆ ਕੇ ਨਹੀਂ ਗੱਲ ਕਰਉਂਦੀ ਹੋ ਚਲੋ ਛੱਡੋ ਇੰਸਪੈਕਟਰ ਸਾਹਿਬ ਉਸ ਤੀਵੀਂ ਮਾਨੀ ਨਾਲ ਕੀ ਗੱਲ ਕਰੋਗੇ ਅਸੀਂ ਭਗਤ ਸਿੰਘ ਨੂੰ ਆਪੇ ਭੇਜਾਂਗੇ ਤੁਹਾਡੇ ਕੋਲੇ ਮੰਡੀ ਦਫ਼ਤਰ ਉਹ ਸਰਪੰਚ ਸਾਹਿਬ ਤੁਸੀਂ ਐਵੇਂ ਨਾ ਹਮੀ ਭਰਿਆ ਕਰੋ ਹਰੇਕ ਬੰਦੇ ਦੀ ਪਿਛਲੀ ਸੋਣੀ ਮੈਂ ਪਹਿਲਾਂ ਹਟ ਗਿਆ ਤੁਹਾਡੇ ਕਹੇ ਤੋਂ ਹੁਣ ਫੇਰ ਚਾਲਾਂ ਚੱਲਦੇ ਆ ਮੁੰਡਾ ਦੇ ਖਸਮ ਤਾਂ ਦਬਲ ਤੇ ਆਪਦੇ ਇੱਥੇ ਤਾਂ ਕਿਉਂ ਦੇ ਪੈਰ ਮੈਲੇ ਹੁੰਦੇ ਆ ਉਹ ਅਸੀਂ ਉਹਦੇ ਡੰਡੀਆਂ ਤਾਂ ਨਹੀਂ ਲਾਉਂਦੇ ਡੰਡੀਆਂ ਹੋਣਗੀਆਂ ਸਰਦਾਰ ਜੀ ਤਾਂ ਹੀ ਲਾਹੋਗੇ ਸਾਡਾ ਤਾਂ ਮਾੜੀ ਕਿਸਮਤ ਵਾਲਿਆਂ ਦਾ ਰੋਟੀ ਕੱਪੜੇ ਦਾ ਹੀ ਮਸਾ ਪੂਰਾ ਹੁੰਦਾ ਹੈ ਡੰਡੀਆਂ ਕਿੱਥੋਂ ਪਾਈਏ ਤੇ ਕਿਵੇਂ ਲਹਾਈਏ ਹਾਂ ਦੱਸੋ ਕੀ ਹੁਕਮ ਹੈ ਸਰਕਾਰ ਦਾ ਮੈਨੂੰ ਲੈ ਕੇ ਜਾਣਾ ਲੈ ਲੈ ਚੱਲੋ ਲਾਓ ਹੱਥ ਕੜੀਆਂ ਨਸੀਬ ਕੁਰੇ ਐਂ ਕਾਹਨੂੰ ਗੁੱਸੇ ਹੁੰਦੀ ਆ ਘਰ ਆਏ ਅਫਸਰਾਂ ਨਾਲ ਇਹ ਤਾਂ ਹੁਕਮ ਦੇ ਬੱਧੇ ਹੈ ਆਉਣਾ ਹੀ ਪੈਂਦਾ ਹੁਕਮ ਦੇ ਬੱਧੇ ਆਉਂਦੇ ਆ ਜਗਤ ਸਿਆਂ ਤਾਂ ਹੀ ਤਾਂ ਸੌ ਸੌ ਸੁਣਨੀਆਂ ਪੈਂਦੀਆਂ ਨਹੀਂ ਸਰਦਾਰ ਦੀ ਕੀ ਹਿੰਮਤ ਸੀ ਮੇਰੀਆਂ ਡੰਡੀਆਂ ਵਰਖ ਜਾਂਦਾ ਦਾੜੀ ਪੱਟ ਕੇ ਹੱਥ ਚ ਨਾ ਫੜਾ ਦਿੰਦੀ ਦੇਖ ਲੈ ਜਗ ਸਿਆਂ ਕਿਵੇਂ ਕੈਂਚੀ ਕੋਈ ਚੱਲਦੀ ਆ ਜਵਾਨ ਹੰਕਾਰੀ ਹੋਈ ਚਿੱਟੀ ਦੀ ਆ ਮੁੱਲ ਤਾਰ ਦਿਆ ਬਚਤ ਕਰਾਈ ਦਾ ਬੜੀ ਬਚਤ ਕਰਾਈ ਤੈਂ ਸਰਦਾਰਾ ਸਾਡੀ ਪਾ ਕੇ ਸਾਡੀ ਇੱਕ ਕਿਸ਼ਤ ਢਿੱਡ ਚ ਚਲੋ ਜੀ ਤੂੰ ਕੌਣ ਤੇ ਮੈਂ ਕੌਣ ਕੌਣ ਕਹਿੰਦਾ ਕਿਹੜੇ ਕੰਜਰ ਨੇ ਲਈ ਆ ਕਿਸ਼ਤ ਤੂੰ ਹੋਰ ਕੀ ਨੇ ਦੇਖ ਲੈ ਜਗ ਸਿਆ ਕਿਵੇਂ ਭੌਂਕਦੀ ਐ ਚੱਲ ਗੁਰਦੁਆਰੇ ਧਰਾ ਦੇ ਪੁੱਤ ਦੇ ਸਿਰ ਤੇ ਹੱਥ ਚੱਲ ਗੁਰਦੁਆਰੇ ਨਾਲੇ ਹੋਰ ਮੈਂ ਤੁਹਾਡੇ ਨੰਗਾਂ ਦੀ ਖਾਤਰ ਚਲੋ ਜਾਣ ਦਿਓ ਇੰਸਪੈਕਟਰ ਸਾਹਿਬ ਆਪਾਂ ਭਗਸੂ ਨਾ ਕਰਾਂਗੇ ਗੱਲਬਾਤ ਤੀਵੀਆਂ ਨਾ ਕਹਦਾ ਝਗੜਾ ਲੈ ਸਰਦਾਰ ਜਗ ਸਿਆ ਮੇਰਾ ਨਾਂ ਇੰਸਪੈਕਟਰ ਜਗਿੰਦਰ ਸਿੰਘ ਹੈ ਸਾਰੀ ਤਸੀਲ ਜਾਣਦੀ ਐ ਐਤਕੀ ਨਾ ਫਿਰ ਭਰਨੇ ਕਿਸ਼ਤਾਂ ਜੇ ਮੂਤ ਦੇ ਨਾ ਫਿਰਨ ਹੋ ਚਲੋ ਛੱਡੋ ਵੀ ਇੰਸਪੈਕਟਰ ਸਾਹਿਬ ਕੋਈ ਨੀ ਸਰਦਾਰ ਨੀ ਤੇਰੇ ਵੀ ਸਾਰੇ ਨੀ ਤੈਨੂੰ ਟੱਕਰੇ ਨੀ ਕੋਈ ਟੱਲੇ ਵਾਲਾ ਟੱਕਰੇ ਬਿਨਾ ਫਿਰ ਤੈਨੂੰ ਵੀ ਕੋਈ ਨੀ ਰਹਿੰਦਾ ਜਿਹੜੇ ਦਬ ਦਬ ਗਰੀਬ ਜੱਟਾਂ ਦੇ ਪੈਸੇ ਗੋਗੜ ਵਧਾਈ ਆ ਨਾ ਇਹ ਜੇ ਕੀੜੇ ਪੈਣ ਕੇ ਜਗਿੰਦਰ ਸਾਹਿਬ ਸਰਦਾਰਾ ਕੀੜੇ ਇਹਨਾਂ ਕੀੜੇ ਪਾਉਣ ਵਾਲਿਆਂ ਦੀ ਮੈਂ ਕਿਹਾ ਇੰਸਪੈਕਟਰ ਸਾਹਿਬ ਤੁਸੀਂ ਤਾਂ ਪੜ੍ਹੇ ਲਿਖੇ ਹੋ ਮਿੱਟੀ ਵੀ ਪਾਓ ਹੁਣ ਗੱਲ ਤੇ ਜੇ ਪੜ੍ਹੇ ਲਿਖੇ ਤਾਂ ਬੇਇੱਜ਼ਤੀ ਕਰ ਲਈਏ ਇਹਨਾਂ ਤੋਂ ਇੱਕ ਤਾਂ ਸਰਕਾਰੀ ਪੈਸੇ ਦੱਬੀ ਬੈਠੇ ਆ ਉੱਤੋਂ ਸੂਈ ਕੁੱਤੀ ਵਾਂਗੂ ਭਰ ਭਰ ਪੈਂਦੇ ਆ ਕੋਈ ਨੀ ਸਰਦਾਰ ਨੀ ਧੀਰਜ ਰੱਖ ਧੀਰਜ ਜੇ ਸਾਰੇ ਪਿੰਗ ਪਲੇਵੇ ਨਾ ਕੱਢੇ ਮੈਨੂੰ ਇੰਸਪੈਕਟਰ ਜਗਿੰਦਰ ਸਿੰਘ ਕੌਣ ਆਖੂ ਉਹ ਗੱਲ ਤਾਂ ਭਾਈ ਨਸੀਬ ਕੁਰੇ ਇੰਸਪੈਕਟਰ ਨੇ ਮੂੰਹ ਸੁੱਤੀ ਕਰਤੀ ਸੀ ਪਰ ਭਾਈ ਜਦੋਂ ਸਰਕਾਰੀ ਕਰਜ਼ਾ ਦੇਣਾ ਹੁੰਦਾ ਤਾਂ ਧੀਆਂ ਠੱਡੀਆਂ ਵੀ ਸੁਣਨੀਆਂ ਪੈਂਦੀਆਂ ਹੁਣ ਸੁੱਖ ਨਾਲ ਕਣਕ ਥੋੜੀ ਕੱਢੀ ਗਈ ਨਿਕਾਲ ਵੀ ਚੰਗਾ ਨਿਕਲਿਆ ਤੁਸੀਂ ਵੇਚ ਵੱਟ ਕੇ ਜਿਹੜੇ ਚਾਰ ਛਿਲੜ ਬੰਦੇ ਆ ਮਾਰੋ ਮੱਥੇ ਸਰਕਾਰੀ ਪੈਸੇ ਆ ਦੱਬੇ ਤਾਂ ਜਾਂਦੇ ਨੀ ਨਾ ਦੱਬੇ ਤਾਂ ਨੀ ਜਾਂਦੇ ਜਗ ਸਿਆਂ ਪਰ ਕੋਈ ਇਹਨੂੰ ਮਰੇ ਪੁੱਤਾਂ ਵਾਲੇ ਨੂੰ ਐਂ ਤਾਂ ਪੁੱਛੇ ਵੀ ਤੁਸੀਂ ਭਲੇ ਮਾਨਸ ਨਾਲ ਬੇਈਮਾਨਾ ਕੀਤਾ ਤਾਂ ਕਿਹੜੀ ਗੱਲੋਂ ਅਸੀਂ ਭਾਈ ਤੁਹਾਡੇ ਵਾਂਗੂ ਮਰੱਬਿਆਂ ਦੇ ਮਾਲਕ ਤਾਂ ਹੈ ਨੀ
दो खुड्डां दे सिर ते लहू पानी इक करके जिहड़े चार मन दाणे घरे आए सी ਉਹ ਵੇਚ ਵੱਟ ਕੇ ਇਹਦੀ ਝੋਲੀ ਪਾਇਆ ਪਰ ਇਹ ਪੱਟੀਆਂ ਜੜਾਂ ਵਾਲਾ ਹਿੱਸਾ ਬੇਈਮਾਨ ਨਿਕਲਿਆ ਪਹਿਲੇ ਪੈਰੀ ਮੁੱਕਰ ਗਿਆ ਅਗੇ ਕਿਹੜੇ ਦਿੱਤੇ ਸੀ ਤੁਸੀਂ ਮੈਨੂੰ ਟਾਈਮੇ ਬੇਈਮਾਨਾ ਵੀ ਮੇਰਾ ਸਲਾ ਜਿਹੜਾ ਕਰੂ ਗਰੀਬ ਗੁਰਬੇ ਨਾਲ ਹੀ ਕਰੂ ਉਹ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਭੈਣ ਦੇ ਤੋਤੇ ਹੋ ਤੁਸੀਂ ਗਲ ਪੱਟਣਾ ਤਾਂ ਉਹਨਾਂ ਦਾ ਵੱਡੋ ਜਿਹੜੇ ਪਾਪਾਂ ਦੀ ਖੱਟੀ ਨਾਲ ਗੋਗੜਾਂ ਵਧਾਈ ਫਿਰਦੇ ਐ ਉਹ ਚਲੋ ਹੋਈ ਨਿਬੜੀ ਮਰੇ ਤੇ ਮੁੱਕਰੇ ਦਾ ਕੋਈ ਇਲਾਜ ਨੀ ਮਾਦੋ ਮੈਂ ਤਾਂ ਭਾਈ ਨਸੀਬ ਕੁਰੇ ਤੁਹਾਨੂੰ ਇਹੀ ਸਲਾਹ ਦੂੰ ਕਿ ਜਿੰਨੀਆਂ ਕੁ ਕਿਸ਼ਤਾਂ ਦਾ ਭਾਰ ਲੈਂਦਾ ਲਾਹੋ ਬਾਕੀ ਭਾਈ ਜਿਵੇਂ ਥੋੜੀ ਰੂਹ ਮੰਨੇ ਨੀ ਬੇਬੇ ਝਟਕਾ ਤਾਂ ਸਾਰਾ ਮੱਚ ਗਿਆ ਥੱਲੇ ਲੱਗ ਕੇ ਆਜਾ ਭਗਤ ਸਿੰਘ ਆਜਾ ਨਿਕਲਿਆ ਬਾਹਰ ਹੁਣ ਤਾਂ ਰਾਤ ਹੋ ਗਈ ਬਾਗੇ ਆਉਣਗੇ ਪਿੰਡ ਚੋਂ ਆਪਦੀ ਭੈਣ ਦੇ ਚਿੱਚੜਾ ਮੈਂ ਤਾਂ ਕਾਲੀ ਵਿੱਚ ਕੀੜੇ ਵਾਲੇ ਭੌਣ ਤੇ ਜਾ ਲੁਕਿਆ ਬੁਰਾ ਹਾਲ ਕਰਤਾ ਦੰਦੀਆਂ ਵੱਢ ਵੱਢ ਕੇ ਉਹ ਇਹਨਾਂ ਕੀੜਿਆਂ ਦੀ ਤਾਂ ਖੈਰ ਹੈ ਜੇ ਕਿਤੇ ਨਾ ਢੱਕ ਮਕੌੜਿਆਂ ਦੇ ਡਿੱਕੇ ਚੜ ਜਾਂਦਾ ਕੱਚੇ ਦਾ ਮਾਸ ਕਿਹੜਾ ਨਾ ਝੂੰਡ ਜਾਂਦੇ ਕਿਉਂ ਕੀ ਕਹਿੰਦੇ ਸੀ ਕਹਿੰਦੇ ਭਗਤ ਸਿੰਘ ਦੇ ਵੱਡੇ ਮੁੰਡੇ ਆਸਵੰਤ ਸਿੰਘ ਨੂੰ ਆਪਦੀ ਨਿੱਕੀ ਦਾ ਰੁਪਈਆ ਫੜਾਉਣਾ ਬੁਲਾਓ ਭਗਤ ਸਿੰਘ ਨੂੰ ਮੈਂ ਕਿਹਾ ਜੀ ਮੁੰਡਾ ਤਾਂ ਜੇ ਪੜੂ ਪੜ੍ਹ ਕੇ ਕੋਈ ਵੱਡਾ ਅਫਸਰ ਬਣੂ ਫੇਰ ਆਇਓ ਫੇਰ ਕਿਤੇ ਜਾ ਕੇ ਬਣੂ ਤੁਹਾਡੀ ਗੱਲ ਓਏ ਹਾਸੀ ਵਾਲੀ ਗੱਲ ਨਹੀਂ ਯਾਰ ਕੁਛ ਤਾਂ ਕਹਿੰਦੇ ਹੋਣਗੇ ਉਹ ਕਹਿਣਾ ਕੀ ਹੈ ਯਾਰ ਬਰੇ ਛਮਾਹੀ ਇੱਕੋ ਹੀ ਗੱਲ ਇਹ ਤਾਂ ਮਤਲਬ ਐਤਕੀ ਤਾਂ ਭਰਾ ਕੇ ਹਟਣਗੀਆਂ ਮੇਰੇ ਸਾਲੇ ਭਗਤ ਸਿੰਘ ਆਪਾਂ ਨੂੰ ਕਿੰਨੇ ਕੁ ਭਰਨੇ ਪੈਣਗੇ ਭਲਾਂ ਦੀ ਉਹ ਇੱਕ ਕਿਸ਼ਤ ਤਾਂ ਇਹ ਬੇਈਮਾਨ ਜਾਂ ਮੁੱਕਰੀ ਗਿਆ ਸੀ ਪਰ ਮੈਥੋਂ ਭਰੀ ਨਹੀਂ ਸੀ ਗਈ ਇੱਕ ਆ ਗਈ ਹੁਣ ਤੂੰ ਲਾ ਲਾ ਹਿਸਾਬ ਕਿੰਨੀਆਂ ਕੁ ਹੋ ਗਈਆਂ ਹੋਣਗੀਆਂ ਭਗਤ ਸਿੰਘ ਜਰ ਜੇ ਆਪਾਂ ਜਮੀ ਨਾ ਭਰੀਏ ਫਿਰ ਕਿਹੜਾ ਆਪਣੇ ਮੋਗੇ ਚਿੱਟੜਾ ਦੇਣਗੇ ਉਹ ਐ ਦੱਬੇ ਕਿੱਥੇ ਜਾਂਦੇ ਆ ਸਰਕਾਰੀ ਪੈਸੇ ਆ ਫੜ ਕੇ ਮੇਰੇ ਸਾਲੇ ਅੰਦਰ ਕਰ ਦਿੰਦੇ ਆ ਉਹ ਫਿਰ ਅੰਦਰ ਹੋਏ ਤੋਂ ਕਿਹੜਾ ਤਬੀਤ ਲੈ ਜਾਂਦੇ ਆ ਲੈ ਹੁਣ ਤੂੰ ਆਪਦੀ ਥਾਂ ਤੇ ਮੈਨੂੰ ਭੇਜ ਦੀ ਅੰਦਰ ਦੋ ਬੁਰਕੀਆਂ ਮੇਰੇ ਜਵਾਕ ਚੱਲੇ ਦੇ ਮੂੰਹ 'ਚ ਪਈ ਜੀ ਭਾਵਾਂ ਦੀ ਜਮਾ ਨਾ ਭਰ ਕਿਸ਼ਤਾਂ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਭੈਣ ਦੇ ਪਟਵਾਰੀਓ ਅਸੀਂ ਆਪਦੇ ਜਵਾਕ ਚਲੇ ਦਾ ਢਿੱਡ ਭਰੀਏ ਕਿ ਤੁਹਾਡੀਆਂ ਕਿਸ਼ਤਾਂ ਭੈਣ ਦੇ ਜਾਰਾਂ ਨੇ ਹੋਰ ਹੀ ਵਿਆਹ 'ਚ ਬੀ ਦਾ ਲੇਖਾ ਪਾ ਧਰਿਆ ਸਾਰਾ ਮੀਟ ਮੱਚ ਗਿਆ ਉਹ ਪਾ ਛੇਰਾ ਘੁੱਟ ਮੇਰੀ ਤਾਂ ਨਾ ਸਾਰੀ ਉਤਰ ਗਈ ਇਹ ਹੋਏ ਪੁਲਿਸ ਵਾਲੇ ਹੋਏ ਇਹ ਨਾ ਮੇਰੇ ਸਾਲੇ ਕਿਸੇ ਦੇ ਘਰੇ ਆਉਣ ਦਾ ਬੇਲਾ ਕਪੇਲਾ ਦੇਖਣ ਅੱਜ ਪਿੜ ਵਧਾਇਆ ਸੀ ਦੋ ਘੁੱਟਾਂ ਪੀਣ ਨੂੰ ਜੀ ਕਰਿਆ ਆ ਪਰ ਇਹ ਭੈਣ ਦੇਣੇ ਭੂਤਾਂ ਗੁੱਠੂਆ ਵੱਜੇ ਯਾਰ ਅਸੀਂ ਉਹਨੂੰ ਕਰ ਲਾ ਮੱਚਣੇ ਨੂੰ ਠੀਕ ਜੇ ਹੁੰਦਾ ਕੁੜੀ ਘੰਟੇ ਦੀ ਖੋਜਲੀ ਜਾਂਦੀ ਹੈ ਉਹ ਰੱਬ ਫਿਰਦਾ ਸੀ ਤੰਨੇ ਦੇ ਖੂਰੂ ਬਾਡੂ ਦਾ ਬਈ ਉਹਨੇ ਕਿਹੜਾ ਕੱਛ ਪਾਈ ਸੀ ਹੋ ਆ ਜਾ ਸਾਈ ਲੋਕਾ ਆ ਜਾ ਸਾਨੂੰ ਵੀ ਸੁਣਾ ਜਾ ਇੱਕ ਦੋ ਰੱਬ ਕਰਦੀਆਂ ਭਰਾਵਾ ਆ ਜਾ ਲੰਘਿਆ ਗਾ ਉਹ ਚਿਮੇ ਵਾਲੇ ਤੋਤੀ ਨੇ ਉਹ ਚਿਮੇ ਵਾਲੇ ਤੋਤੀ ਨੇ ਠਣ ਦੌੜਦੇ ਗੁੰਡਾਸੀ ਮਾਰੀ ਬਈ ਚਿਮੇ ਵਾਲੇ ਤੋਤੀ ਨੇ ਅੱਛਾ
फिर तो लै गया लंबर क्यों नहीं कहता जिन्ना नशा तेरे नाम का ओह भंग पींदे ना दारू जिन्ना नशा तेरे नाम का साई लोका बनता बगू वाला ओए अपने पिंड दी भी सुना कोई नवी ताजी फुटे ओ रत्ने का गुरवचना ओए रत्ने का गुरवचना दाने बेच के करे नी मुड़िया भाई रत्ने का गुरवचना क्यों भी ऐ की हो गया उनू ऐ क्यों भाग गया घर छड़ के ओ कई कहने साध बन गया कई कहने तीनी ने कुछ देता भाई रब दिया रब जानदा जा जानदा जिदे नाल बीती भाई रब दिया रब जानदा ओ माड़ी गल हुई भाई ऐ नहीं सी ओनू जाना चाहिदा उदा जवाक भी अजे जमे चूने जे है तंगियां ओ तंगियां दी मारी दुनिया कोई साध बनदा कोई डाकू भाई तंगियां दी मारी दुनिया सियाणी गल है साई लोका सोला ने सची है जमा भरावे लोभ लालच बद गया वाला भाई पाइयां नू ने पाई मार दे इत्थे कोई ना किसे दा बेली भाई दुनिया मतलब दी इत्थे कोई ना किसे दा बेली भाई दुनिया मतलब दी संतो भोजन पानी छक जो अज महाप्रसाद भी बनाया छोटे चेले बालके ने ओ जिथे लिखी है खावांगे ओथे भाई इत्थे केड़ा माड़ी गड्डी है जिथे लिखी है खावांगे ओथे भाई इत्थे केड़ा माड़ी गड्डी है मैं ना भगत सिंह आ साधु फकीर वाली जिंदगानी ना सारे नालों ही फने है ना नू लियाउणी ते ना धी तोरनी ओ जने खड़े तो ये भी नहीं बनया जांदा वो ममता दे जाल चो निकलना बहुत औखा है माधो ला भाई ताया मीट ता मैं किवें ना किवें कर लिया खान जोगा हुण इक इक पैग ला के आपां वी होईए समाधान ओए आहो भाई नाले हुण तुसी छेती मकाओ किते पहला मांगू बिगड़ ना पै जे मैं डंगरां दा पता लै लैने चिर च होर मकाओ पर ओ बापू मौले नू तूड़ी पा दी ओ पाचरा कुट मैं भी रोटी खा के टाइम सिर जामा करे अज खबर नी अपनी बकरी सूपे हां सकते फिर तो रंग भाग लगन वाले है सुख नाल मैं गया पूरे रंग भाग ओ 6 महीने हो गए सी मरू चा पींदिया नु उंगलां ते गिणगिणा दिन लेंदिया सी मेमणे मेनू ऐ लगदा है सी तिन चार देऊ ऐड कुख है रबा भी बलां बदिया तू भी ले इकड़ो ता मेमणा शिरा च लौणा होए ले आया मैं मेमणा ना आप दे नाल काल च ले जा करूं ओथे इक साडी प्रोफेसर नहीं है वड्डी मास्टर नहीं अच्छा अच्छा जदों सानू पढ़ाउंदी बोर्ड ते कुछ लिखदी है ना तां लगदा जिवें पड़ी ते खड़ी बकरी लुंग चरदी होए अंग्रेज देखे अंग्रेज शेरा ਚੱਜ ਨਾਲ ਤਾਂ ਨਹੀਂ ਦੇਖੇ ਕਰਾਂ ਦੇਖੇ ਸੀ ਉਦੋਂ ਮੈਂ ਨਿਕਾ ਜਾ ਸੀ ਉਦੋਂ ਆਪਣੇ ਪਿੰਡ ਚ ਆਏ ਸੀ ਗਰੇਜ ਹੋਰੂ ਹੋਰੂ ਜਿਦਾ ਮੇਰੇ ਸਾਲਿਆਂ ਕੋਲੇ ਦਮੁਖਾ ਰੰਗ ਭੈਣ ਦੁਨਿਆ ਦਾ ਕਿਤੋਂ ਭੂਰਾ ਕਿਤੋਂ ਚਿੱਟਾ ਤੇ ਕਿਤੋਂ ਲਾਲ ਅਸੀਂ ਤਾਂ ਸਾਰੇ ਪਿੰਡ ਦੇ ਜਵਾਕ ਉਹਨਾਂ ਮਗਰ ਬੰਦ ਰੋਏ ਕਹਿ ਕੇ
ਪਤਾ ਨਹੀਂ ਤਾਂ ਸ਼ੇਰਾ ਉਹਨਾਂ ਚ ਪਤਾ ਨਹੀਂ ਕਿਸੇ ਨੇ ਹੋਰ ਠੋਕਾ ਫੈਲ ਕਰਤਾ ਸਾਡੀਆਂ ਦਾ ਸ਼ੇਰਾ ਪੁਦੀਣਾ ਪੈ ਗਿਆ ਇਹਦਾ ਚੁੱਪੜਾ ਚ ਲੁਕਦੇ ਤਾਂ ਉਹਨਾਂ ਚ ਮੈਂ ਮੂਮਣੀ ਸੀ ਕੋਈ ਵੇ ਮੇਮ ਸ਼ੇਰਾ ਮੈਂ ਮੂਮਦਾ ਤਾਂ ਮੈਨੂੰ ਪਤਾ ਨਹੀਂ ਹੋਵੇ ਸ਼ਾਇਦ ਹੋਵੇ ਉਹਨਾਂ ਦਾ ਕਿਹੜਾ ਬੰਦੇ ਬੁੜੀ ਦਾ ਬੜਾ ਫਰਕ ਨਹੀਂ ਨਾ ਸੀ ਓਏ ਚੱਲ ਜੇ ਨਹੀਂ ਸੀ ਤਾਂ ਵੀ ਚੰਗਾ ਹੋਇਆ ਐਵੇਂ ਕੋਈ ਆਪਣੇ ਪਿੰਡ ਦਾ ਮੁੰਡਾ ਖੁੰਡਾ ਛੇੜ ਕੇ ਚੱਪਕੜਾ ਕਰ ਲੈਂਦਾ ਯਾਰ ਉਹ ਨਹੀਂ ਤਾਇਆ ਅੰਗਰੇਜ਼ ਨਹੀਂ ਇਹੋ ਜਿਹੀਆਂ ਗੱਲਾਂ ਦਾ ਬੁਰਾ ਬਣਾਉਂਦੇ ਉਹਨਾਂ ਦੇ ਮੁੰਡੇ ਕੁੜੀਆਂ ਦਾ ਸ਼ਰੇਆਮ ਇੱਕ ਦੂਜੇ ਦੀਆਂ ਬਾਹਾਂ 'ਚ ਬਾਹਾਂ ਪਾਈ ਤਰੇ ਫਿਰਦੇ ਰਹਿੰਦੇ ਨੇ ਸਾਹਮਣੇ ਸਾਹਮਣੇ ਅੱਛਾ ਬਿਰਦਾ ਧੀਆਂ ਲੱਗੀਆਂ ਰਹਿੰਦੀਆਂ ਐਂ ਕਿਉਂ ਨਹੀਂ ਕਹਿੰਦਾ ਪਰ ਅਸੀਂ ਮੇਰੇ ਸਾਲੇ ਦੀਆਂ ਖਾਂਦੀਆਂ ਪੀਂਦੀਆਂ ਕੀ ਆ ਯਾਰ ਲਾਲ ਟਮਾਟਰ ਲੱਗੀਆਂ ਪਈਆਂ ਮਾਸ ਖਾਂਦੀਆਂ ਲਹੂ ਪੀਂਦੀਆਂ ਮੇਰੇ ਪਿਓ ਭਗਤੇ ਦਾ ਤੇ ਤਾਏ ਮਾਧੋ ਦਾ ਮੇਰਾ ਮਾਦਕਾ ਕਹਿੰਦਾ ਹੋ ਗਿਆ ਕੋਈ ਲਾਲ ਟਮਾਟਰ ਵਰਗਾ ਮੇਰਾ ਮਾਦਕਾ ਕਿ ਕੋਈ ਕਾਲੀ ਮਾਇਆ ਵਰਗਾ ਦਾ ਭਾਵੇਂ ਬਣ ਜੇ ਵਾਹ ਓਏ ਅਸੀਂ ਬੀਟ ਦਾ ਬਲਾ ਸਵਾਦ